hazıra. Cancı da biçer. ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਾਹੀਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਗਏ ਆ ਮੈਂ ਹਾਂ ਹਰਮਨ ਥਿੰਦ ਮੇਰੇ ਨਾਲ ਸਵਰਨ ਸਿੰਘ ਟਾਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਮੈਂ ਬਿਲਕੁਲ ਠੀਕ ਹਾਂ ਜੀ ਕਿਵੇਂ ਦਾ ਮਹਿਸੂਸ ਕਰ ਰਹੇ ਬਿਲਕੁਲ ਹਰ ਰੋਜ਼ ਦੀ ਤਰ੍ਹਾਂ ਬਹੁਤ ਵਧੀਆ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਹਰ ਰੋਜ਼ ਦੀ ਤਰ੍ਹਾਂ ਜ਼ਿੰਦਾਬਾਦ ਜ਼ਿੰਦਗੀ ਹਮੇਸ਼ਾ ਜ਼ਿੰਦਾਬਾਦ ਰਹਿਣੀ ਚਾਹੀਦੀ ਹੈ ਖੁਸ਼ ਰਹੋ ਮੁਸਕਰਾਉਂਦੇ ਰਹੋ ਅੱਧੇ ਲੋਕ ਤਾਂ ਇਹੀ ਸੋਚ ਕੇ ਸੜ ਜਾਣਗੇ ਵੀ ਇਹਨੂੰ ਪਤਾ ਨਹੀਂ ਕਾਹਦੀ ਖੁਸ਼ੀ ਹੈ ਕੋਈ ਗੱਲ ਨਹੀਂ ਸੋ ਸਭ ਤੋਂ ਪਹਿਲਾਂ ਚਾਹੀ ਦੇ ਵਿਚਾਰ ਦੇ ਵਿੱਚ ਆਪਾਂ ਮੌਸਮ ਦੀ ਹਾਲ ਬਿਆਨ ਨਹੀਂ ਕਰ ਲਈ ਮੌਸਮ ਪੰਜਾਬ ਦਾ ਫਿਰ ਬਦਲਣਾ ਸ਼ੁਰੂ ਹੋ ਗਿਆ ਜੀ 2-3 ਦਿਨ ਪੰਜਾਬ ਦੇ ਵਿੱਚ 4 ਦਿਨ ਪਹਿਲਾਂ ਬਦਲਵਾਈ ਸੀ ਕਈ ਥਾਵਾਂ ਦੇ ਉੱਤੇ ਮੀਂਹ ਵੀ ਪੈ ਗਿਆ ਪਰ ਪਿਛਲੇ 3-4 ਦਿਨਾਂ ਤੋਂ ਪੰਜਾਬ ਦੇ ਵਿੱਚ ਸੋਹਣੀ ਧੁੱਪ ਨਿਕਲ ਰਹੀ ਹੈ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਹਾਂ ਬਾਹਰ ਬੜੀ ਸੋਹਣੀ ਸੇਕਣ ਵਾਲੀ ਧੁੱਪ ਹੈ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਵੀ 2-3 ਡਿਗਰੀ ਤੱਕ ਪਾਰਾ ਚੜ ਗਿਆ ਇਸ ਧੁੱਪ ਦੇ ਕਰਕੇ ਠੰਡ ਥੋੜੀ ਜਿਹੀ ਘਟ ਗਈ ਇਸ ਧੁੱਪ ਦੇ ਕਰਕੇ ਰਾਤ ਦੇ ਵੇਲੇ ਵੀ ਠੰਡ ਹੁਣ ਘਟੀ ਹੈ ਤੇ ਦੁਪਹਿਰ ਦੇ ਵੇਲੇ ਦਿਨ ਦੇ ਵੇਲੇ ਵੀ ਤੇ ਮੌਸਮ ਵਿਭਾਗ ਨੇ ਵੀ ਗੱਲ ਕਹੀ ਹੈ ਭਾਈ 7 ਦਿਨ ਇਸੇ ਤਰੀਕੇ ਦੇ ਨਾਲ ਠੰਡ ਲਗਾਤਾਰ ਘਟਦੀ ਰਹਿਣੀ ਹੈ ਅੱਛਾ ਜੀ ਤੇ ਹੁਣ ਮਤਲਬ ਜਿਹੜੀ ਠੰਡ ਨੇ 10 ਇੱਕ ਵਾਰ ਦਿੱਤੀ ਸੀ ਉਹ ਦੁਬਾਰਾ ਤੋਂ ਹੁਣ ਵਾਪਸੀ ਦੀ ਤਿਆਰੀ ਦੇ ਵਿੱਚ ਹੈ ਮੌਸਮ ਵਿਭਾਗ ਨੇ ਬਿਲਕੁਲ ਇਹ ਗੱਲ ਅਸਟਾਮ ਤੇ ਲਿਖ ਕੇ ਨਹੀਂ ਦਿੱਤੀ ਉਹਨਾਂ ਨੇ ਪੱਥਰ ਦੇ ਉੱਤੇ ਲਕੀਰ ਨਹੀਂ ਖਿੱਚੀ ਉਹਨਾਂ ਦੇ ਅੰਦਾਜ਼ੇ ਕਈ ਵਾਰ ਗਲਤ ਵੀ ਸਾਬਤ ਹੁੰਦੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੋ ਸਕਦਾ ਹੈ ਮੈਂ ਵੀ ਪੱਥਰ ਤੇ ਲਕੀਰ ਨਹੀਂ ਖਿੱਚੀ ਮੈਂ ਵੀ ਹੋ ਸਕਦਾ ਹੀ ਕਿਹਾ ਜੀ ਆਪਾਂ ਮੌਸਮ ਦੀ ਹਾਲ ਬਿਆਨੀ ਤੋਂ ਬਾਅਦ ਚਾਹੀਦਾ ਵਿਚਾਰ ਦੇ ਵੱਲ ਝਾਤ ਮਾਰਦੇ ਜਿਹੜਾ ਅਸੀਂ ਚਾਹੀਦਾ ਵਿਚਾਰ ਅੱਜ ਲੈ ਕੇ ਆਏ ਹਾਂ ਕਹਿੰਦੇ ਕਿ ਉਡਾਨ ਓਨੀ ਭਰੋ ਜਿੰਨਾ ਖੰਭਾਂ ਵਿੱਚ ਦਮ ਹੋਵੇ ਜਿੰਨਾ ਤੁਹਾਡੇ ਖੰਭਾਂ ਵਿੱਚ ਦਮ ਹੋਵੇ ਉਡਾਨ ਓਨੀ ਭਰੋ ਜਿੰਨਾ ਆਪਣੇ ਖੰਭਾਂ ਦੇ ਵਿੱਚ ਦਮ ਹੋਵੇ ਦੂਸਰੇ ਦੇ ਆਸਰੇ ਮੰਜ਼ਲ ਤੱਕ ਨਜ਼ਰ ਰੱਖਣਾ ਇਹ ਮੂਰਖਾਂ ਵਾਲਾ ਕੰਮ ਹੈ ਬਗਾਨੀ ਸ਼ਹਿਰ ਦੇ ਉੱਤੇ ਨਾ ਮੁੱਛਾਂ ਨਹੀਂ ਮਰਮਾਉਣੀਆਂ ਚਾਹੀਦੀਆਂ ਸਿਆਣੇ ਕਹਿੰਦੇ ਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਚੱਜ ਦੇ ਵਿਚਾਰ ਵਾਲੀ ਕਿ ਜੀ ਜਿੰਨਾ ਕੁ ਤੁਹਾਡੇ ਅੰਦਰ ਦਮ ਹੈ ਜਿੰਨਾ ਕੁ ਤੁਹਾਡੇ ਅੰਦਰ ਜਜ਼ਬਾ ਓਨੇ ਕੁ ਸੁਪਨੇ ਲਓ ਤੇ ਓਨੀਆਂ ਕੋਸ਼ਿਸ਼ਾਂ ਕਰੋ ਜਿੰਨੇ ਤੁਸੀਂ ਥਾਂ ਦੇ ਉੱਤੇ ਪਹੁੰਚਣਾ ਚਾਹੁੰਦੇ ਜਿਹੜੀ ਮੰਜ਼ਲ ਤੇ ਪਹੁੰਚਣਾ ਚਾਹੁੰਦੇ ਹੋ ਜੇ ਤੁਸੀਂ ਮੈਨੂੰ ਕਹਿ ਦਿਓ ਵੀ ਚੱਕ ਦੇ ਟਹਿਣੇ ਫੱਟੇ ਰੱਬ ਭਲੀ ਕਰੂਗਾ ਤੇ ਅੱਗੇ ਗਏ ਦਾ ਮੇਰਾ ਗੁੱਗਾ ਪੂਜਾ ਜਾਵੇ ਮੁੜ ਕੇ ਨਾ ਫੱਟੇ ਲੱਭਣ ਤੇ ਘਰ ਦੇ ਮੈਨੂੰ ਡਿੱਕੇ ਜਾਣ ਹਾਂ ਮੁੜ ਕੇ ਨਾ ਫੱਟੇ ਲੱਭਣ ਨਾ ਟਹਿਣਾ ਲੱਭੇ ਹਾਂ ਬਿਲਕੁਲ ਸਹੀ ਗੱਲ ਆ ਇਸ ਕਰਕੇ ਭਾਈ ਮਗਰ ਲਾ ਕੇ ਕਿਸੇ ਦੇ ਐਵੇਂ ਖੂਹ ਖਾਤੇ 'ਚ ਛਾਲ ਮਾਰਨ ਦੇ ਨਾਲੋਂ ਤੁਸੀਂ ਆਪਣੀ ਸੋਚ ਦੇ ਮੁਤਾਬਕ ਆਪਣੇ ਨਜ਼ਰੀਏ ਦੇ ਮੁਤਾਬਕ ਅੱਗੇ ਵਧੋ ਤੇ ਕੋਸ਼ਿਸ਼ ਕਰੋ ਜਲਦ ਤੋਂ ਜਲਦ ਮੰਜ਼ਲ ਤੱਕ ਪਹੁੰਚਣ ਦੀ ਪਰ ਜੇਕਰ ਕੋਈ ਐਵੇਂ ਕਹੀ ਜਾਵੇ ਨਾ ਨਾ ਤੂੰ ਕਰ ਦੇਂਗਾ ਤੂੰ ਕਰ ਦੇਂਗਾ ਕਿਸੇ ਦੇ ਪਿੱਛੇ ਨਾ ਲੱਗੋ ਜੀ ਵੈਸੇ ਵੀ ਕਹਿੰਦੇ ਹੁੰਦੇ ਆ ਕਿ ਕਿਸੇ ਦੇ ਮਗਰ ਲੱਗ ਕੇ ਝੁੱਗਾ ਚੌੜ ਨਹੀਂ ਕਰਾਈਦਾ ਹੁੰਦਾ ਬਿਲਕੁਲ ਐਵੇਂ ਇਹ ਨਾ ਹੋਏ ਕਿ ਤੁਸੀਂ ਖਾਲੀ ਹੋ ਕੇ ਬਹਿ ਜਾਓ ਤੇ ਅਗਲਾ ਮੁੜ ਕੇ ਮੌਜ ਬਹਾਰਾ ਲੁੱਟਦਾ ਫਿਰ ਵਾਹ ਬਿਲਕੁਲ ਹੈ ਨਾ ਸੋ ਮੈਂ ਵੀ ਇੱਕ ਹੁਣ ਚੱਜ ਦਾ ਵਿਚਾਰ ਪੇਸ਼ ਕਰ ਦਿਆਂ ਮੈਂ ਇਹੀ ਕਹਿਣ ਲੱਗੀ ਸੀ ਹਾਂ ਉਹ ਇਹ ਹੈ ਕਿ ਜਦੋਂ ਤੁਹਾਨੂੰ ਇਸ ਗੱਲ ਦਾ ਬਹੁਤ ਵੱਡਾ ਭੁਲੇਖਾ ਹੋਵੇ ਕਿ ਮੇਰੇ ਨਾਲੋਂ ਵੱਧ ਕਾਬਲੀਅਤ ਕਿਸੇ ਦੇ ਅੰਦਰ ਵੀ ਨਹੀਂ ਜੀ ਤੁਹਾਨੂੰ ਜਦੋਂ ਇਸ ਗੱਲ ਦਾ ਭੁਲੇਖਾ ਹੋਵੇ ਕਿ ਮੇਰੇ ਨਾਲੋਂ ਵੱਧ ਕਾਬਲੀਅਤ ਕਿਸੇ ਦੇ ਵਿੱਚ ਵੀ ਨਹੀਂ ਪਰ ਇੱਕ ਦਿਨ ਤੁਹਾਡਾ ਇਹ ਭੁਲੇਖਾ ਟੁੱਟ ਜਾਵੇ ਤਾਂ ਮਾਯੂਸ ਹੋਣ ਦੀ ਤਾਂ ਡਰਨ ਦੀ ਢੇਰੀ ਢਾਉਣ ਦੀ ਗੋਡਿਆਂ 'ਚ ਸਿਰ ਦੇ ਕੇ ਰੋਣ ਦੀ ਕੋਈ ਲੋੜ ਨਹੀਂ ਇਹ ਦਿਨ ਅਸਲ ਦੇ ਵਿੱਚ ਤੁਹਾਡਾ ਸਭ ਤੋਂ ਪੱਕਾ ਸਾਥੀ ਹੁੰਦਾ ਵੀ ਭਾਈ ਅੱਜ ਤੋਂ ਫਿਰ ਮੰਜ਼ਿਲ ਵੱਲ ਵੱਧ ਅੱਜ ਤੋਂ ਫਿਰ ਦ੍ਰਿੜਤਾ ਦੇ ਨਾਲ ਕੰਮ ਕਰ ਹੁਣ ਤੂੰ ਉਸ ਜਜ਼ਬੇ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਜਿਹੜਾ ਤੇਰੇ ਅੰਦਰ ਪਹਿਲਾਂ ਨਹੀਂ ਸੀ ਵਾਹ ਕੀ ਬਾਤ ਹੈ ਅਸਲ ਦੇ ਵਿੱਚ ਊਰਜਾ ਭਰਨ ਵਾਲਾ ਚਾਹੀਦਾ ਵਿਚਾਰ ਸੀ ਹਰਮਨ ਜੀ ਮੈਨੂੰ ਨਾ ਇੱਕ ਗੀਤ ਦੇ ਬੋਲ ਅਕਸਰ ਚੇਤੇ ਆਉਂਦੇ ਰਹਿੰਦੇ ਆ ਕਿ ਪਿਆਰ ਤਾਂ ਐਸਾ ਜਜ਼ਬਾ ਹੈ ਕੁਰਬਾਨੀ ਮੰਗਦਾ ਹੈ ਦਿਲ ਦਿਲਾਂ ਨਾਲ ਜੋੜ ਕੇ ਖੁਸ਼ੀ ਰੂਹਾਨੀ ਮੰਗਦਾ ਹੈ ਆਪ ਤਾਂ ਡਰਦੀ ਕੰਡਿਆਂ ਕੋਲੋਂ 16 ਯਾਰ ਚੜਾ ਸਕਦੀ ਜਾ ਬੇਕਦਰੇ ਬੇਸਮਝੇ ਨਹੀਂ ਤੂੰ ਨਹੀਂ ਪਿਆਰ ਨਿਭਾ ਸਕਦੀ ਉਹ ਤੇਰੀ ਕੀ ਹੋਇਆ ਟਾਣਾ ਸਾਹਿਬ ਠੀਕ ਹੋ ਨਹੀਂ ਮੈਂ ਕੀ ਗਲਤ ਕਿਹਾ ਮੈਂ ਆਖਿਆ ਮੈਨੂੰ ਗੀਤ ਦੇ ਬੋਲ ਚੇਤੇ ਆਉਂਦੇ ਹਨ ਨਹੀਂ ਖਬਰੀ ਭਾਸ਼ਾ ਦੇ ਵਿੱਚ ਜਿਹੜਾ ਗੀਤ ਪੇਸ਼ ਕੀਤਾ ਤੁਸੀਂ ਕਿ ਜਾ ਬੇਕਦਰੇ ਕੀ ਜਾ ਬੇਕਦਰੇ ਬੇਸਮਝੇ ਨਹੀਂ ਤੂੰ ਨਹੀਂ ਪਿਆਰ ਨਿਭਾ ਸਕਦੀ ਤਾਂ ਇਹ ਗੱਲ ਦੱਸਾਂ ਤੁਹਾਡੇ ਲਈ ਖੁਸ਼ਖਬਰੀ ਆ ਤੁਹਾਡੇ ਅੰਦਰ ਥੋੜਾ ਜਿਹਾ ਸੁਰਤਾਲ ਜਿਹਾ ਆਉਣਾ ਸ਼ੁਰੂ ਹੋ ਗਿਆ ਹੋ ਗਿਆ ਹਾਂ ਹੁਣ ਥੋੜਾ ਜਿਹਾ ਮਤਲਬ ਜਿਹੜੀ ਮੇਰੇ ਕੋਲੇ ਚਾਰਕ ਨਾਲ ਜ਼ਮੀਨ ਬਕਵਾਉਂਗੇ ਨਹੀਂ ਨਹੀਂ ਮਤਲਬ ਹੁਣ ਨਾ ਥੋੜੇ ਜਿਹੇ ਖਬਰੀ ਭਾਸ਼ਾ ਦੇ ਨਾਲ ਨਾਲ ਹਾਵ ਭਾਵ ਆਉਣੇ ਸ਼ੁਰੂ ਹੋ ਗਏ ਨੇ ਗੱਲਾਂ ਦੇ ਵਿੱਚ ਮਤਲਬ ਇੱਕ ਵਾਰ ਫੇਰ ਤਾਂ ਕਰੋ ਜਾ ਬੇਕਦਰੇ ਬੇਕਦਰੇ ਬੇਸਮਝੇ ਨਹੀਂ ਤੂੰ ਨਹੀਂ ਪਿਆਰ ਨਿਭਾ ਸਕਦੀ ਮੈਂ ਨਹੀਂ ਕਹਿੰਦਾ ਗੜਸ਼ੰਕਰ ਦਾ ਇੱਕ ਬੰਦਾ ਕਹਿੰਦਾ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ ਸੱਚੀ ਬੜੀ ਮਾੜੀ ਹੋਈ ਉਹਦੇ ਨਾਲ ਵਿਚਾਰੇ ਨਾਲ ਇੰਨੀ ਮਾੜੀ ਹੋਈ ਹੈ ਬਈ ਉਹਦਾ ਪਹਿਲੀ ਥਾਂ ਦੇ ਉੱਤੇ ਵਿਆਹ ਸਫਲ ਨਹੀਂ ਹੋਇਆ ਚਲੋ ਜੇ ਪਹਿਲੀ ਥਾਂ ਦੇ ਉੱਤੇ ਨਹੀਂ ਹੋਇਆ ਬੰਦਾ ਦੂਜੀ ਥਾਂ ਦੇ ਉੱਤੇ ਸਫਲ ਕਰਨ ਦੀ ਕੋਸ਼ਿਸ਼ ਕਰਦਾ ਜ਼ਿੰਦਗੀ ਜਿਉਣੀ ਆ ਪਹਾੜ ਜੱਡੀ ਜ਼ਿੰਦਗੀ ਆ ਪਤਾ ਨਹੀਂ ਹੁੰਦਾ ਗਾ ਇਕੱਲੇ ਤਾਂ ਕਹਿੰਦੇ ਨਾ ਵੀ ਇਕੱਲੀ ਵਣਾਂ ਦੇ ਵਿੱਚ ਲੱਕੜੀ ਹੈ ਜਿਹੜੀ ਉਹ ਵੀ ਖੁਦ ਨੂੰ ਠੀਕ ਨਹੀਂ ਸਮਝਦੀ ਜੀ ਮਤਲਬ ਕਈ ਕਹਿੰਦੇ ਨੇ ਕਿ ਪਹਿਲਾ ਵਿਆਹ ਸਫਲ ਨਹੀਂ ਹੋ ਪਾਇਆ ਤਾਂ ਕਰਕੇ ਕਈ ਕਹਿੰਦੇ ਨੇ ਕਿ ਪਹਿਲਾਂ ਉਹਨਾਂ ਦੀ ਜਿਹੜੀ ਘਰ ਵਾਲੀ ਸੀ
ਉਹਦੀ ਮੌਤ ਹੋ ਚੁੱਕੀ ਸੀ। ਹਾਂ ਬਿਲਕੁਲ ਜੀ, ਚਲੋ ਉਹ ਕੱਲੇ ਰਹਿ ਗਏ, ਗੱਲ ਇਹ ਆ। ਫਿਰ ਉਹਨਾਂ ਨੇ ਭਾਈ ਦੂਜੀ ਥਾਂ ਦੇ ਉੱਤੇ ਆਪਣਾ ਮੰਗਣਾ ਕਰਵਾਇਆ ਜੀ। ਜਿਹੜੀ ਔਰਤ ਦੇ ਨਾਲ ਮੰਗਣਾ ਕਰਵਾਇਆ ਉਹਦਾ ਵੀ ਦੂਜਾ ਵਿਆਹ ਇਹ। ਚਲੋ ਜੀ, ਦੋਨਾਂ ਨੇ ਇੱਥੇ ਆ ਕੇ ਉਹਨਾਂ ਨੇ ਕੈਨੇਡਾ ਤੋਂ ਇੱਕ ਹੋਟਲ ਦੇ ਵਿੱਚ ਮੰਗਣਾ ਹੋ ਗਿਆ। ਦੋਵਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸਕੇ ਸੰਬੰਧੀ ਸਾਰੇ ਉੱਥੇ ਆਏ ਸੀਗੇ। ਉਹ ਮੰਗਣਾ ਕਰਵਾ ਕੇ ਤੇ ਵਾਪਸ ਚਲਾ ਗਿਆ ਕੈਨੇਡਾ। ਲਓ ਜੀ, ਉੱਥੋਂ ਫੋਨ ਤੇ ਹਰ ਰੋਜ਼ ਤਿੰਨ ਤਿੰਨ ਚਾਰ ਚਾਰ ਵਾਰ ਗੱਲ ਹੁੰਦੀ ਰਹੀ। ਅਚਾਨਕ ਹੀ ਗੱਲ ਹੋਣੀ ਬੰਦ ਹੋ ਗਈ। ਇੰਨੇ ਸਮੇਂ ਦੇ ਵਿੱਚ ਜਦੋਂ ਪਿਆਰ ਮੁਹੱਬਤ ਦੀ ਪਿੰਗ ਚੱਲਦੀ ਸੀ, ਹੁਲਾਰੇ ਲੈਂਦੀ ਸੀ, ਉਹ ਨਾ ਦੋ ਤਿੰਨ ਤਾਂ ਉਹ ਤੋਂ ਹਾਰ ਲੈ ਲਏ ਉਹਨੇ, ਤੇ ਦੋ ਤਿੰਨ ਅੰਗੂਠੀਆਂ ਵੀ ਲੈ ਲਈਆਂ ਉਹਨੇ। ਫਿਰ ਉਹਨੇ ਇੱਕ ਐਪਲ ਦਾ ਫੋਨ ਵੀ ਮੰਗਵਾ ਲਿਆ, ਫਿਰ ਕੈਨਨ ਦਾ ਕੈਮਰਾ ਵੀ ਮੰਗਵਾ ਲਿਆ, 5 ਲੱਖ ਰੁਪਇਆ ਵੀ, ਹਾਂ 5 ਲੱਖ ਰੁਪਇਆ ਵੀ ਲੈ ਲਿਆ, ਐਕਟਿਵਾ ਵੀ ਲੈ ਲਈ, ਐਕਟਿਵਾ ਵੀ ਲੈ ਲਈ। ਤੇ ਫਿਰ ਅਚਾਨਕ ਨਾ ਉਹਨੇ ਗੱਲ ਕਰਨੀ ਬੰਦ ਕਰਤੀ। ਜਦੋਂ ਉਹਨੇ ਪੁੱਛ ਪੜਤਾਲ ਸ਼ੁਰੂ ਕੀਤੀ ਵੀ ਮੇਰੀ ਸਧਰਾਂ ਦੀ ਸਥਨ ਫੁਰ ਕਿੱਥੇ ਹੋ ਗਈ, ਤੇ ਉਹਨੇ ਵਿਚਾਲੇ ਬੰਦੇ ਪਾਏ ਵੀ ਭਾਈ ਲੱਭੋ ਤਾਂ ਸਹੀ, ਉਹ ਕਿਸੇ ਹੋਰ ਦੀ ਡੋਲੀ ਦੇ ਵਿੱਚ ਬਹਿ ਕੇ ਤੇ ਤੁਰ ਗਈ। ਤੁਸੀਂ ਵੇਖੋ, ਮੈਂ ਖਬਰ ਪੜ੍ਹ ਕੇ ਬੜੀ ਹੈਰਾਨ ਹੋਈ ਕਿ ਅੱਜ ਤੇ ਇਹ ਖਬਰ ਆਪਾਂ ਜ਼ਰੂਰ ਪੜ੍ਹਦੇ ਰਹੇ ਆ ਵੀ ਮੁੰਡਾ ਇੱਥੇ ਆਇਆ, ਵਿਆਹ ਕੀਤਾ ਤੇ ਬਾਹਰ ਚਲ ਗਿਆ, ਮੁੜ ਕੇ ਕੋਈ ਸਾਰ ਨਹੀਂ ਲਈ, ਤੇ ਕੁੜੀ ਜਿਹੜੀ ਆ ਉਹ ਪਿੱਛੇ ਐਂ ਵਿਚਾਰੀ ਝੂਰਦੀ ਰਹੀ ਆ। ਇਹ ਇਦਾਂ ਦੀਆਂ ਘਟਨਾਵਾਂ ਆਲੇ ਦੁਆਲੇ ਆਪਾਂ ਵੇਖੀਏ ਤਾਂ ਬਹੁਤ ਵਾਪਰੀਆਂ, ਪਰ ਆਹ ਖਬਰ ਪੜ੍ਹ ਕੇ ਮੈਂ ਬਿਲਕੁਲ ਹੈਰਾਨ ਹੋ ਗਈ ਵੀ ਉਹ ਵਿਚਾਰਾ ਉੱਧਰ ਝੂਰਦਾ ਫਿਰਦਾ, ਵੀ ਉਹ ਸਾਰਾ ਕੁਝ ਪੈਸਾ ਵੀ ਲੁੱਟ ਕੇ ਖਾ ਲਿਆ, ਇੰਨਾ ਸਮਾਨ ਵੀ ਮੰਗਵਾ ਮੰਗਵਾ ਖਾ ਲਿਆ ਤੇ ਵਿਆਹ ਕਿਸੇ ਹੋਰ ਨਾ ਹੀ ਕਰਾ ਲਿਆ। ਤੇ ਹੁਣ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ, ਠੱਗੀ ਦਾ ਪਰਚਾ ਪੁਲਿਸ ਨੇ ਦਰਜ ਕਰ ਲਿਆ, ਔਰਤ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਪੁਲਿਸ ਲੱਭ ਵੀ ਲਊਗੀ ਇਸ ਔਰਤ ਨੂੰ, ਹੋ ਸਕਦਾ ਕਾਨੂੰਨ ਦੇ ਮੁਤਾਬਕ ਕਾਰਵਾਈ ਵੀ ਹੋਵੇ। ਪਰ ਗੱਲ ਇਹ ਆ ਵੀ ਜਦੋਂ ਭਰੋਸੇ ਦੇ ਉੱਤੇ ਸੱਟ ਵੱਜ ਗਈ ਹੈ ਨਾ, ਭਾਵੇਂ 1 ਕਰੋੜ ਰੁਪਈਆ ਮਿਲ ਜੇ ਤੇ ਭਾਵੇਂ 10 ਲੱਖ ਰੁਪਈਆ ਮਿਲੇ ਤੇ ਭਾਵੇਂ 50 ਲੱਖ ਮਿਲ ਜਾਵੇ, ਇਹ ਭਰੋਸਾ ਨਹੀਂ ਜੁੜਦਾ। ਨਾਲੇ ਵੈਸੇ ਵੀ ਭਾਰਤ ਦੀ ਕਾਨੂੰਨੀ ਪ੍ਰਕਿਰਿਆ ਹੀ ਐਸੀ ਪ੍ਰਕਿਰਿਆ ਹੈ ਕਿ ਬੰਦਾ ਉਹੀ ਖੱਜਲ ਹੋ ਕੇ ਤੇ ਆਪ ਹੀ ਹੱਥ ਖੜੇ ਕਰ ਜਾਂਦਾ ਵੀ ਭਾਈ ਮੈਨੂੰ ਕੁਛ ਨਹੀਂ ਚਾਹੀਦਾ, ਕਿਉਂਕਿ ਜਦੋਂ ਤਰੀਕਾਂ ਤੇ ਤਰੀਕਾਂ ਪੈਂਦੀਆਂ ਨੇ, ਤੁਸੀਂ ਜਿਹਨੇ ਤਾਂ ਕੇਸ ਕੀਤਾ ਹੁੰਦਾ ਉਹ ਵੀ ਉਨਾ ਹੀ ਭੁਗਤਦਾ, ਜਿਹਦੇ ਤੇ ਹੋਇਆ ਹੁੰਦਾ ਉਹ ਵੀ ਉਨਾ ਹੀ ਭੁਗਤਦਾ, ਹੈ ਨਾ ਵੀ ਤਰੀਕਾਂ ਤੇ ਤਰੀਕਾਂ ਪੈਂਦੀਆਂ ਨੇ, ਕਦੀ ਉਹ ਤੁਹਾਡੇ ਤੇ ਦੋਸ਼ ਲਾ ਦਿੰਦੇ ਨੇ, ਤੁਸੀਂ ਉਹਨਾਂ ਤੇ ਦੋਸ਼ ਲਾ ਦਿੰਦੇ ਹੋ, ਫਿਰ ਕਦੀ ਜੱਜ ਨਹੀਂ ਆਇਆ, ਕਦੀ ਸਰਕਾਰੀ ਛੁੱਟੀ ਹੋ ਗਈ, ਕਦੀ ਕੋਈ ਛੁੱਟੀ ਹੋ ਗਈ, ਕਦੀ ਉਹ ਹੜਤਾਲ ਹੋ ਗਈ, ਕਦੀ ਕੁਛ ਕਦੀ ਕੁਛ। ਸੋ ਇਹ ਸਾਰੇ ਚੱਕਰਾਂ 3-4 ਸਾਲ ਬੰਦੇ ਦੇ ਕਿਤੇ ਨਹੀਂ ਗਏ, ਹੈ ਨਾ, ਤੇ ਉਹ 3-4 ਸਾਲਾਂ ਦੀ ਭਰਪਾਈ ਕਦੇ ਵੀ ਅਦਾਲਤ ਦੇ ਫੈਸਲੇ ਨਾਲ ਬਿਲਕੁਲ ਨਹੀਂ ਹੋ ਸਕਦੀ। ਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਨਾਂ ਖਬਰਾਂ ਦੇ ਰਾਹੀਂ ਪਤਾ ਲੱਗਦਾ ਵੀ ਸਭ ਥਾਵਾਂ ਦੇ ਉੱਤੇ ਬੰਦੇ ਹੀ ਗਲਤ ਨਹੀਂ ਹੁੰਦੇ ਜੀ, ਕਈ ਥਾਵਾਂ ਦੇ ਉੱਤੇ ਔਰਤਾਂ ਵੀ ਇਹੋ ਜਿਹੀ ਗਲਤੀ ਕਰਦੀਆਂ ਜਿਹਦੇ ਕਰਕੇ ਖਬਰਾਂ ਬਣ ਜਾਂਦੀਆਂ, ਜਿਹਦੇ ਕਰਕੇ ਸਮਾਜ ਦਾ ਇਹ ਪੱਖ ਵੀ ਨਜ਼ਰ ਆਉਂਦਾ ਵੀ ਇਹੋ ਜਿਹੇ ਲੋਕ ਵੀ ਵਸਦੇ ਆ। ਸੋ ਮੁੱਖ ਦੀ ਗੱਲ ਇਹੀ ਹੈ ਕਿ ਅੱਜ ਦੇ ਸਮੇਂ 'ਚ ਕਿਸੇ ਤੇ ਵੀ ਭਰੋਸਾ ਨਾ ਕਰੋ। ਗੱਲ ਮੁਕਾਉਣ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਸੁਣਾਉਣੀ ਚਾਹੁੰਦਾ, ਕਹਿੰਦੇ ਵੀ ਇੱਕ ਵਾਰੀ ਨਾ ਇੱਕ ਔਰਤ ਦੇ 3 ਵਿਆਹ ਪਹਿਲਾਂ ਹੋਏ ਸੀ, 3 ਸਫਲ ਨਹੀਂ ਹੋਏ, ਉਹ 4th ਵਿਆਹ ਕਰਵਾਉਣ ਲੱਗੀ। ਚਲੋ ਲਓ ਜੀ, ਉਹ ਬੈਠੇ ਆ ਸਾਰੇ ਜਾਣੇ ਤੇ ਲਓ ਜੀ ਲਾਵਾਂ ਫੇਰੇ ਹੋਣ ਲੱਗੇ ਆ, ਤੇ ਉਹਦਾ ਨਾ ਇੱਕ ਨਿਆਣਾ ਜਿਹੜਾ ਦੂਜੇ ਵਿਆਹ ਵਾਲਾ ਸੀ ਉਹ ਰੌਲਾ ਪਾਉਣ ਲੱਗ ਪਿਆ, ਮੰਮਾ ਮੈਂ ਤਾਂ ਆਹ ਲੈਣਾ, ਮੰਮਾ ਮੈਂ ਤਾਂ ਆਹ ਲੈਣਾ, ਤੇ ਸਾਰੇ ਹੈਰਾਨ ਵੀ ਇਹਨੇ ਖੋਰੂ ਕਿਵੇਂ ਪਾਇਆ। ਤੇ ਔਰਤ ਪਤਾ ਕੀ ਕਹਿੰਦੀ, ਬੰਦਾ ਬਣ ਕੇ ਚੁੱਪ ਕਰਕੇ ਬਹਿ ਜਾ, ਨਹੀਂ ਤਾਂ ਬੱਗਾਂ ਤੋਂ ਨਾਲ ਹੀ ਲੈ ਕੇ ਆਇਆ ਕਰਨਾ। ਜੱਜ ਦਾ ਵਿਚਾਰ। ਲਓ ਵੀ ਹਰਮਨ ਜੀ, ਗੱਲ ਇਹ ਹੈ ਬਈ ਜਦੋਂ ਪੁਲਿਸ ਵਾਲੇ ਸਾਥੀ ਕਿਤੇ ਨਾਕਾ ਲਾਈ ਖੜੇ ਹੁੰਦੇ ਆ, ਤਾਂ ਮੈਂ ਨਾ ਕਈ ਲੋਕਾਂ ਦੇ ਚਿਹਰੇ ਦੇ ਹਾਵ ਭਾਵ ਦੇਖਦਾ ਹੁੰਦਾ ਜੀ। ਕਈ ਤਾਂ ਜਦੋਂ ਮੋਟਰਸਾਈਕਲ ਨੂੰ ਏਦਾਂ ਇਸ਼ਾਰਾ ਦੇ ਕੇ ਰੋਕਦੇ ਆ, ਤੇ ਉਹ ਸਟੈਂਡ ਲਾਉਣ ਤੋਂ ਪਹਿਲਾਂ ਹੀ ਇੰਜ ਕਰਕੇ ਤੇ ਮੋਬਾਈਲ ਕੱਢਦੇ ਜੇਬ ਦੇ ਵਿੱਚੋਂ ਤੇ ਕਹਿੰਦੇ ਮਾੜੀ ਜੀ ਗੱਲ ਕਰਿਓ। ਕਈ ਥਾਵਾਂ ਦੇ ਉੱਤੇ ਗੱਲ ਹੋ ਜਾਂਦੀ ਹੈ, ਕਈ ਥਾਵਾਂ ਤੇ ਨਹੀਂ ਵੀ ਹੁੰਦੀ, ਉੱਥੇ ਸਿਰਫ ਚਲਾਨ ਹੁੰਦਾ। ਕਈ ਥਾਵਾਂ ਦੇ ਉੱਤੇ ਵੀ ਦੇਖਦੇ ਆ ਵੀ ਪੁਲਿਸ ਵਾਲੇ ਹੱਥ ਦਿੰਦੇ, ਇਸ਼ਾਰਾ ਕਰਦੇ ਆ ਤੇ ਉਹ ਪਛਾਣ ਨੂੰ ਮੋੜ ਲੈਂਦੇ ਆ। ਪਰਸੋਂ ਮੈਂ ਪੁਲਿਸ ਵਾਲਿਆਂ ਨੂੰ ਇੱਕ ਬੰਦੇ ਦੀ ਕਾਰ ਦਾ ਮੁਕਾਬਲਾ ਕਰਦੇ ਦੇਖਿਆ, ਪਿੱਛਾ ਕਰਦੇ ਦੇਖਿਆ, ਉਹਨਾਂ ਨੇ ਇਸ਼ਾਰਾ ਦਿੱਤਾ ਸੀ, ਉਹ ਹੌਲੀ ਹੌਲੀ ਆ ਕੇ ਬਰਾਬਰ ਰੁਕਿਆ ਜੇ ਵੀ, ਉਹਨਾਂ ਨੇ ਆਖਿਆ ਵੀ ਰੁਕਣ ਲੱਗਾ, ਉਹਨਾਂ ਨੇ ਆਪਦੀ ਕਾਪੀ ਜੀ ਚੱਕੀ ਵੀ ਭਾਈ ਹੁਣ ਚਲਾਨ ਕੱਟਾਂਗੇ, ਬਰੂੰ ਕਰਕੇ ਹਨੇਰੀ ਬਣਾ ਕੇ ਲੈ ਗਿਆ। ਉਹਨਾਂ ਨੇ ਮਗਰ ਲਾਇਆ ਮੋਟਰਸਾਈਕਲ, ਫਿਰ ਧੂਮ ਫਿਲਮ ਵਾਲਾ ਦ੍ਰਿਸ਼ ਚੇਤੇ ਆ ਗਿਆ ਮੈਨੂੰ, ਤੇ ਉਹਨਾਂ ਨੇ ਜਾ ਕੇ ਫੜ ਲਿਆ ਤੇ ਫਿਰ ਬਸ ਚਪੇੜਾਂ ਤੋਂ ਬਿਨਾਂ ਸਾਰਾ ਕੁਛ ਹੀ ਹੋਇਆ। ਪਰ ਜਿਹੜੀ ਮੈਂ ਖਬਰ ਸਾਂਝੀ ਕਰਨ ਲੱਗਾ ਨਾ, ਉਹ ਇਹ ਹੈ ਵੀ ਇਹੋ ਜਿਹੇ ਹਾਲਾਤ ਕਈ ਵਾਰ ਬਣ ਜਾਂਦੇ ਆ ਬਈ ਪੁਲਿਸ ਵਾਲੇ ਨੂੰ SHO ਨੂੰ, ਥਾਣੇ ਦੇ ਮੁਖੀ ਨੂੰ ਆਪਣੀ ਹੀ ਗੱਡੀ ਦਾ ਚਲਾਨ ਕੱਟਣਾ ਪਿਆ ਹੋਵੇ। SHO ਨੂੰ ਆਪਣੀ ਹੀ ਗੱਡੀ ਦਾ ਚਲਾਨ। ਬਿਲਕੁਲ ਜੀ, ਮਾਲਵੇ ਦੇ ਇੱਕ ਖੇਤਰ ਦੇ ਵਿੱਚ ਪੁਲਿਸ ਆ ਜਿਹੜੀ ਉਹ ਗਲਤ ਤਰੀਕੇ ਦੇ ਨਾਲ ਪਾਰਕ ਕੀਤੀਆਂ ਹੋਈਆਂ ਗੱਡੀਆਂ, ਯਾਨੀ ਕਿ ਗਲਤ ਥਾਂ ਦੇ ਉੱਤੇ ਖੜਾਈਆਂ ਗੱਡੀਆਂ ਦੇ ਚਲਾਨ ਕੱਟ ਰਹੀ ਸੀ ਜੀ। ਅਚਾਨਕ ਉੱਥੋਂ ਪੱਤਰਕਾਰਾਂ ਦੀ ਇੱਕ ਟੋਲੀ ਆਈ, ਟੀਮ ਆਈ, ਉਹਨਾਂ ਨੇ SHO ਨੂੰ ਇਹ ਗੱਲ ਕਹੀ ਵੀ ਤੁਹਾਡੀ ਆਪਣੀ ਗੱਡੀ ਕਿੱਥੇ ਖੜੀ ਹੈ ਇਹ ਦੇਖੋ ਪਹਿਲਾਂ ਤਾਂ, ਤੁਹਾਡੀ ਆਪਣੀ ਗੱਡੀ ਦੇ ਉੱਤੇ ਨੰਬਰ ਪਲੇਟ ਹੈ ਨਹੀਂ। SHO ਸਾਹਿਬ ਨੇ ਪਹਿਲਾਂ ਤਾਂ ਗੱਲ ਦੇ ਉੱਤੇ ਮਿੱਟੀ 'ਚ ਪਾਈ, ਨਹੀਂ ਨਹੀਂ ਟਾਈਮ ਨਹੀਂ ਲੱਗਾ ਨਾ, ਟਾਈਮ ਨਹੀਂ ਲੱਗਾ, ਬਸ ਉਹ ਮੁੰਡਿਆ ਇੱਥੇ ਕਿਉਂ ਖੜਾਈ ਆ, ਇੱਧਰ ਨੂੰ ਕਰਕੇ ਰੱਖ, ਉਹ ਆਉਂਦਾ ਨਾ
ਅਸੂਲ ਅਸੂਲ ਆ, ਪੱਤਰਕਾਰ ਅੜ ਗਏ ਤੇ ਜਦੋਂ ਕੋਈ ਵੀ ਰਾਹ ਵਿੱਚੋਂ ਨਾ ਨਿਕਲਿਆ, ਕੋਈ ਪੇਸ਼ ਨਾ ਚੱਲੀ ਤੇ ਫਿਰ ਥਾਣੇਦਾਰ ਸਾਹਿਬ ਨੇ ਕਾਪੀ ਜੀ ਚੱਕੀ ਤੇ ਪੱਤਰਕਾਰਾਂ ਦੇ ਸਾਹਮਣੇ ਆਪਣੀ ਗੱਡੀ ਦਾ ਚਲਾਨ ਕੱਟਿਆ। ਵੈਰੀ ਗੁੱਡ। ਨਾਲੇ ਕਹਿੰਦਾ ਵੀ ਮੈਥੋਂ ਗਲਤੀ ਹੋ ਗਈ, ਜਿਸ ਦਿਨ ਦਾ ਮੈਂ ਥਾਣੇ ਦੇ ਵਿੱਚ ਆਇਆ ਉਸ ਦਿਨ ਦਾ ਹੀ ਮੈਂ ਇਹ ਗੱਡੀ ਵਰਤ ਰਿਹਾ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੇਰੀ ਗੱਡੀ ਤੇ ਨੰਬਰ ਪਲੇਟ ਹੈ ਕਿ ਨਹੀਂ। ਅੱਛਾ ਜੀ। ਇਸ ਕਰਕੇ ਭਾਈ ਮੇਰੇ ਤੋਂ ਗਲਤੀ ਹੋਈ ਹੈ ਤੇ ਮੈਂ ਗਲਤੀ ਮੰਨਦਾ। ਨਹੀਂ ਪਰ ਇਹ ਗਲਤੀ ਇਹਨੇ ਬਹਿਸ ਬਸਾਈਏ ਤੋਂ ਬਾਅਦ ਹੀ ਕਿਉਂ ਮੰਨੀ? ਤੇ ਦੇਖੋ ਜੀ ਆਹ ਕੰਮ ਸੌਖਾ ਥੋੜੀ ਹੁੰਦਾ, ਵਾਕਈ ਗਲਤੀ ਮੰਨਣੀ ਕਿਤੇ ਕੋਈ ਸੌਖਾ ਕੰਮ? ਆਪਣੇ ਪੈਰ ਤੇ ਨਾਲੇ ਕੁਹਾੜੀ ਆਪ ਮਾਰ ਲੈਣੀ, ਇਹ ਵੀ ਬਹੁਤ ਔਖਾ। ਪੈਰ ਤੇ ਕੁਹਾੜੀ, ਕੁਹਾੜੀ ਤੇ ਜਾ ਕੇ ਪੈਰ ਮਾਰਿਆ, ਹੋਰ ਕੱਟੋ ਚਲਾਨ, ਅੱਗੇ ਤੋਂ ਨਾਕਾ ਨਹੀਂ ਲਾਉਂਦੇ, ਪੱਕੀ ਗੱਲ। ਨਹੀਂ ਨਹੀਂ ਦੇਖੋ ਜੀ ਗੱਲ ਇਹ ਹੈ ਵੀ ਜਿਹੜੇ ਲੋਕ ਗਲਤ ਆ ਉਹਨਾਂ ਦੇ ਚਲਾਨ ਕੱਟੋ ਜੀ, ਜਿਹੜੇ ਲੋਕ ਗਲਤ ਆ ਉਹਨਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਮਾਫ ਨਾ ਕਰੋ। ਪਰ ਜਦੋਂ ਮੈਂ ਤਿੰਨ ਪੁਲਿਸ ਕਰਮਚਾਰੀ ਇੱਕੋ ਮੋਟਰਸਾਈਕਲ ਦੇ ਉੱਤੇ ਬੈਠੇ ਦੇਖਦਾ, ਉਹਨਾਂ ਦੇ ਵਿੱਚੋਂ ਦੋ ਜਣਿਆਂ ਨੇ ਹੈਲਮਟ ਨਹੀਂ ਲਏ ਹੁੰਦੇ, ਇੱਕ ਜਣੇ ਨੇ ਟੋਪੀ ਲਈ ਹੁੰਦੀ ਹੈ ਜਾਂ ਪੱਗ ਬੰਨੀ ਹੁੰਦੀ ਹੈ, ਉਦੋਂ ਮੈਂ ਸੋਚਦਾ ਵੀ ਇਹਨਾਂ ਵਾਸਤੇ ਨਹੀਂ ਕਾਨੂੰਨ ਬਣਿਆ। ਨਹੀਂ ਤੁਸੀਂ ਇਹ ਵੇਖੋ ਕਿਤੇ ਆ ਜਲੰਧਰ ਦੇ ਵਿੱਚ ਹੀ ਤੁਸੀਂ ਸੜਕ ਤੇ ਨਿਕਲ ਕੇ ਵੇਖਿਆ ਵੀ ਹੋਏਗਾ ਵੀ ਜਿੰਨੀ ਨਵੀਂ ਭਰਤੀ ਹੋਈ ਹੈ, ਚਾਹੇ ਉਹ ਕੁੜੀਆਂ ਦੀ ਮੈਂ ਖਾਸ ਤੌਰ ਤੇ ਗੱਲ ਕਰ ਲਵਾਂ, ਜਿਹੜੀਆਂ ਐਕਟਿਵਾ ਦੇ ਉੱਪਰ ਸਾਰਾ ਦਿਨ ਉਹਨਾਂ ਦਾ ਕੰਮ ਹੁੰਦਾ, ਪੀਸੀਆਰ ਵਾਲੀਆਂ ਕੁੜੀਆਂ, ਉਹਨਾਂ ਚੋਂ ਬਹੁਤੀਆਂ ਨੇ ਹੈਲਮਟ ਨਹੀਂ ਲਏ ਹੁੰਦੇ, ਕੀ ਗੱਲ ਉਹਨਾਂ ਲਈ ਕੋਈ ਕਾਨੂੰਨ ਨਹੀਂ ਹੈਗਾ? ਉਹ ਜਿੰਨੇ ਵੀ ਨਾਕੇ ਨੇ ਉਹਨਾਂ ਤੋਂ ਵੀ ਐਂ ਟੌਰ ਨਾਲ ਹੱਥ ਮਾਰ ਕੇ ਤਾਂ ਨਿਕਲ ਜਾਂਦੀਆਂ ਨੇ, ਉਹਨਾਂ ਲਈ ਵੀ ਕਾਨੂੰਨ ਬਰਾਬਰ ਦਾ ਕਾਨੂੰਨ ਉਹਨਾਂ ਦਾ ਸਿਰ ਵੀ ਸਿਰ ਹੈ। ਇੱਕ ਥਾਂ ਦੇ ਉੱਤੇ ਨਾਕਾ ਲੱਗਾ ਜੀ ਤੇ ਉੱਥੇ ਇੱਕ ਬੰਦੇ ਨੂੰ ਪੁੱਛਣ ਲੱਗ ਗਏ ਤੂੰ ਹੈਲਮਟ ਕਿਉਂ ਨਹੀਂ ਲਿਆ, ਤੇਰੇ ਕੋਲੇ ਆਰਸੀ ਹੈਗੀ ਹੈ ਜੇ ਉਹ ਦਿਖਾ, ਤੇਰੇ ਕੋਲੇ ਲਾਇਸੈਂਸ ਹੈਗਾ ਉਹ ਦਿਖਾ, ਪ੍ਰਦੂਸ਼ਣ ਸਰਟੀਫਿਕੇਟ ਦਿਖਾ, ਆਹ ਦਿਖਾ, ਚੀਜ਼ ਉਹ ਦਿਖਾ, ਕੋਲ ਦੀ ਸਾਰੇ ਨਿਕਲੀ ਜਾਣ। ਉਹ ਕਹਿੰਦਾ ਵੀ ਤੁਸੀਂ ਮੈਨੂੰ ਰੋਕਿਆ, ਉਹ ਦੇਖੋ ਬੰਦਾ ਨਿਕਲ ਗਿਆ, ਉਹ ਨਿਕਲ ਗਿਆ, ਉਹ ਨਿਕਲ ਗਿਆ, ਉਹ ਨਿਕਲ ਗਿਆ। ਉਹਨਾਂ ਨੇ ਹੈਲਮਟ ਲਿਆ ਤੇ ਪੁਲਿਸ ਵਾਲਾ ਅਗਵਾਕਿਆ ਪਿਆ ਸੀ, ਕਹਿੰਦਾ ਮੈਂ ਚਿੜੀਆਂ ਫੜਦਾ ਜਾਲ ਛੱਡਦਾ ਇਹਨਾਂ ਤੇ। ਪ੍ਰੈਸ ਕਾਨਫਰੰਸ ਹੋਈ। ਅੱਛਾ। ਸੁਖਬੀਰ ਬਾਦਲ ਜੀ ਵਿਚਕਾਰ ਬੈਠੇ ਨੇ, ਪੱਤਰਕਾਰਾਂ ਦੇ ਨਾਲ ਮਿਲਣੀ ਹੋਈ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵਿਚਕਾਰ ਬੈਠੇ ਨੇ, ਇੱਕ ਪਾਸੇ ਬੀਬੀ ਜਗੀਰ ਕੌਰ ਜੀ ਬੈਠੇ ਨੇ ਜੀ, ਨਾਲ ਉਹਨਾਂ ਦੇ ਲੌਂਗੋਵਾਲ ਸਾਹਿਬ ਜੀ, ਲੌਂਗੋਵਾਲ ਸਾਹਿਬ ਬੈਠੇ ਨੇ, ਪ੍ਰੇਮ ਸਿੰਘ ਚੰਦੂਮਾਜਰਾ ਜੀ ਬੈਠੇ ਨੇ ਤੇ ਇੱਕ ਦੋ ਸ਼ਖਸੀਅਤਾਂ ਹੋਰ ਨੇ ਤੇ ਬੜੇ ਭਰੇ ਮਨ ਦੇ ਨਾਲ ਸੁਖਬੀਰ ਬਾਦਲ ਹੋਰਾਂ ਨੇ ਇੱਕ ਐਲਾਨ ਕੀਤਾ ਕਿ ਕਹਿੰਦੇ ਕਿ ਗੱਠਜੋੜ ਬਰਕਰਾਰ ਰਹੂਗਾ। ਟੁੱਟਿਆ ਕਦੋਂ ਸੀ? ਨਹੀਂ ਨਹੀਂ ਉਹ ਬੜਾ ਰੌਲਾ ਪੈ ਗਿਆ ਸੀ ਨਾ, ਕਿ ਉਹ ਰੌਲਾ ਹੀ ਪਿਆ ਸੀ, ਮੈਂ ਤਾਂ ਪਹਿਲੇ ਦਿਨ ਹੀ ਕਿਹਾ ਸੀ ਵੀ ਇਕੱਲਾ ਰੌਲਾ ਹੀ ਆ, ਕਿਉਂਕਿ ਇਹ ਤਾਂ ਘਿਓ ਖਿਚੜੀ ਵਾਲਾ ਰਿਸ਼ਤਾ ਹੈ ਨਾ। ਇਹ ਹੈਗਾ ਅਸਲ ਦੇ ਵਿੱਚ ਪਤੀ ਤੇ ਪਤਨੀ ਵਾਲਾ ਰਿਸ਼ਤਾ, ਇਹ ਨੌਂ ਤੇ ਮਾਸ ਵਾਲਾ ਰਿਸ਼ਤਾ। ਪਰ ਜਦੋਂ ਵੀ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਛਿੜਦੀ ਹੈ ਤਾਂ ਬਾਦਲ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਵੀ ਭਾਈ ਫਿਕਰ ਵਾਲੀ ਕੋਈ ਗੱਲ ਨਹੀਂ ਜੀ, ਭਾਜਪਾ ਹੀ ਕਹਿੰਦੇ ਹੁੰਦੇ ਸੀ ਵੀ ਤੁਸੀਂ ਪਤੀ ਹੋ ਅਸੀਂ ਪਤਨੀ ਹੈ, ਤਾਂ ਕਿ ਸਾਨੂੰ ਦਬਕਾ ਕੇ ਰੱਖਦੇ ਹੋ। ਪਰ ਹੁਣ ਸਮਾਂ ਉਲਟਾ ਹੋ ਗਿਆ ਜੀ, ਹੁਣ ਪੰਜਾਬ ਦੇ ਵਿੱਚ ਭਾਜਪਾ ਦੀ ਵੀ ਉਹੀ ਸਥਿਤੀ ਆ, ਅਕਾਲੀ ਦਲ ਦੀ ਵੀ ਉਹੀ ਜੀ। ਹੁਣ ਅਕਾਲੀ ਦਲ ਦੀ ਸਥਿਤੀ ਵੀ ਬੜੀ ਬਿਹਤਰ ਹੈ ਨੀਗੀ, ਪਰ ਨਾ ਪਿਛਲੇ ਕਈ ਦਿਨਾਂ ਤੋਂ ਇਹ ਡਰਾਮੇ ਨੂੰ ਮੈਂ ਖਬਰਾਂ ਆ ਰਹੀਆਂ ਸੀ ਕਿ ਜੇਕਰ ਗੁਰਧਾਮਾਂ ਦੇ ਅੰਦਰ ਤੇ ਤਖਤਾਂ ਦੇ ਅੰਦਰ ਭਾਜਪਾ ਦੇ ਵੱਲੋਂ ਦਖਲ ਅੰਦਾਜ਼ੀ ਬੰਦ ਨਾ ਕੀਤੀ ਗਈ ਤਾਂ ਅਕਾਲੀ ਦਲ ਭਾਜਪਾ ਗੱਠਜੋੜ ਟੁੱਟ ਜਾਣਾ ਜੀ। ਮੈਂ ਇਸ ਗੱਲ ਦੇ ਉੱਤੇ ਹੈਰਾਨ ਸੀ ਵੀ ਇਹ ਐਂ ਕਿਵੇਂ ਟੁੱਟ ਜੂਗਾ, ਜਦੋਂ ਪੰਜਾਬ ਦੇ ਵਿੱਚ ਸਰਕਾਰ ਸੀ ਗੱਠਜੋੜ ਦੀ ਉਦੋਂ ਤਾਂ ਟੁੱਟਿਆ ਨਾ, ਚੰਗੇ ਦਿਨ ਸੀ ਇਹਨਾਂ ਤੇ ਹੁਣ ਜਦੋਂ ਮਾੜੇ ਦਿਨ ਤੇ ਕਿਵੇਂ ਤੋੜ ਲੈਣਗੇ। ਵਾਕਈ ਫਿਰ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਇਸ ਵਕਤ ਨਾ ਅਕਾਲੀ ਦਲ ਸ਼ਾਇਦ ਪੰਥਕ ਮੁੱਦੇ ਨੂੰ ਚੁੱਕ ਕੇ ਆਪਣੇ ਪੈਰ ਪੱਕੇ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਅਸੀਂ ਗੁਰਦੁਆਰਿਆਂ ਦੇ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ, ਅਸੀਂ ਪੰਥਕ ਵਿਚਾਰਧਾਰਾ ਦੇ ਨਾਲ ਸੰਬੰਧਿਤ ਹਾਂ, ਜੇ ਗੁਰਦੁਆਰਿਆਂ ਦੇ ਅੰਦਰ ਕੋਈ ਵੀ ਦਖਲ ਦੇਊਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਪਤਾ ਕਿ ਕਈ ਸਾਰੇ ਕਾਰਨ ਨੇ, ਦੇਖੋ ਇੱਕ ਤਾਂ ਸੈਂਟਰ ਦੇ ਵਿੱਚ ਸਰਕਾਰ ਭਾਜਪਾ ਦੀ ਤੇ ਉਹ ਕਦੇ ਵੀ ਨਹੀਂ ਆਪਣਾ ਕੇਂਦਰ ਦੇ ਵਿੱਚ ਉਹ ਕਦੇ ਵੀ ਨਹੀਂ ਗੱਠਜੋੜ ਤੋੜਨਗੇ। ਉਸ ਤੋਂ ਬਾਅਦ ਦੂਜੀ ਗੱਲ ਇਹ ਹੈ ਕਿ ਇਹ ਜਿਹੜਾ ਗੁਰਧਾਮਾਂ ਦੇ ਵਿੱਚ ਦਖਲ ਦੇਣ ਦੀ ਗੱਲ ਜਾਂ ਯੇ ਵੋ ਯੇ ਜੋ ਸਾਰਾ ਕੀਤਾ ਜਾ ਰਿਹਾ, ਇਹ ਤਾਂ ਜੋ ਟਕਸਾਲੀ ਜਿਹੜੇ ਨੇ, ਜਿਹੜੀਆਂ ਗੱਲਾਂ ਉਹ ਕਹਿੰਦੇ ਨੇ ਉਹ ਕਿਤੇ ਮੂਹਰੇ ਨਾਲ ਨਿਕਲ ਜਾਣ, ਇਸ ਲਈ ਦੁਬਾਰਾ ਤੋਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਘਰ ਬਣਾ ਪਾਉਣਾ ਕਿ ਅਸੀਂ ਤਾਂ ਭਾਈ ਫਿਰ ਪੰਥ ਬਾਰੇ ਸੋਚਦੇ ਹਾਂ, ਅਸੀਂ ਤਾਂ ਸਿੱਖ ਧਰਮ ਦੇ ਬਹੁਤ ਨੇੜੇ ਹਾਂ, ਬਹੁਤ ਹੱਕ ਦੇ ਵਿੱਚ ਹਾਂ, ਕਿਉਂਕਿ ਹੁਣ ਅੱਗੇ ਚੋਣਾਂ ਆ ਰਹੀਆਂ ਨੇ ਤਾਂ ਉਹਦੇ ਲਈ ਲੋੜ ਵੀ ਆ। ਸਭ ਤੋਂ ਪਹਿਲਾਂ ਰੌਲਾ ਕਿਹਨੇ ਪਾਇਆ ਸੀ ਗੱਠਜੋੜ ਟੁੱਟਣ ਦਾ? ਜੀ ਮਨਜਿੰਦਰ ਸਿੰਘ ਸਿਰਸਾ ਨੇ। ਆਪ ਉਹ ਭਾਜਪਾ ਦੇ ਕੋਟੇ ਦੇ ਵਿੱਚੋਂ ਦਿੱਲੀ ਤੋਂ ਵਿਧਾਇਕ ਆ, ਜਦੋਂ ਉਹ ਗੱਠਜੋੜ ਟੁੱਟਣ ਦੀਆਂ ਗੱਲਾਂ ਕਰਦੇ ਸਭ ਤੋਂ ਪਹਿਲਾਂ ਆਪ ਅਸਤੀਫਾ ਦੇ ਦੇਣ ਵੀ ਮੈਨੂੰ ਤਾਂ ਭਾਜਪਾ ਕਬੂਲ ਹੀ ਨਹੀਂ, ਮੈਂ ਤਾਂ ਇਹਨਾਂ ਨੂੰ ਕੱਖ ਨਹੀਂ ਸਮਝਦਾ, ਮੈਂ ਤਾਂ ਸਿਰਫ ਗੁਰਦੁਆਰਿਆਂ ਦੀ ਸੇਵਾ ਕਰਨੀ, ਛੱਡ ਦੇਣ ਕੁਰਸੀ ਛੱਡ ਦੇਣ, ਉਹਦਾ ਇੱਦਾਂ ਦਾ ਕੁਝ ਨਹੀਂ ਹੋਣਾ ਸੀਗਾ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਆ, ਕਾਫੀ ਲੰਮਾ ਸਮਾਂ ਹੁਣ ਮੁਲਾਕਾਤ ਹੋਈ, ਉਹਨਾਂ ਨੇ ਪ੍ਰੈਸ ਕਾਨਫਰੰਸ ਹੁਣ ਕੀਤੀ, ਉਹਨਾਂ ਨੇ ਕਿਹਾ ਵੀ ਗੱਠਜੋੜ ਬਰਕਰਾਰ ਰਹੂਗਾ, ਸਾਡਾ ਇਹ ਚਿਰਾਂ ਦਾ ਗੱਠਜੋੜ ਆ, ਚਿਰਾਂ ਤੱਕ ਹੋਰ ਚੱਲੂਗਾ, ਇਹ ਸਦੀਵੀ ਸਾਂਝ ਆ ਸਾਡੀ। ਫਿਰ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜਾ ਅੰਤਰਿਮ ਬਜਟ ਪਿਛਲੇ ਦਿਨੀ ਪੇਸ਼ ਹੋਇਆ ਇਹ ਬਹੁਤ ਚੰਗਾ, ਪਰ ਜੇਕਰ ਇਹਦੇ ਵਿੱਚ ਥੋੜੀ ਜਿਹੀ ਚੰਗਿਆਈ ਹੋਰ ਪੈ ਜਾਂਦੀ ਤਾਂ ਇਹਦੇ ਵਰਗੀ ਰੀਸ ਕੋਈ ਨਹੀਂ ਹੋਣੀ ਸੀ। ਕਿਸਾਨਾਂ ਨੂੰ ਇਹਨਾਂ ਨੇ ਕਿਹਾ ਵੀ ਅਸੀਂ ਸਾਲ ਦੇ ਵਿੱਚ
6000 ਰੁਪਈਆ ਦੇਵਾਂਗੇ, ਯਾਨੀ ਕਿ ਮਹੀਨੇ ਦਾ 500 ਰੁਪਈਆ। ਬਿਲਕੁਲ ਠੀਕ। ਜਿਹਦੇ ਕੋਲੇ 5 ਏਕੜ ਤੋਂ ਘੱਟ ਜ਼ਮੀਨ ਆ ਉਹਨੂੰ ਇਹ ਦੇਵਾਂਗੇ, ਐਲਾਨ ਕੀਤਾ। ਪਰ ਇਹਦੀ ਥਾਂ ਦੇ ਉੱਤੇ ਦੁੱਗਣੀ ਰਾਸ਼ੀ ਹੋਣੀ ਚਾਹੀਦੀ ਹੈ, 6 ਨਹੀਂ 12 ਹਜ਼ਾਰ ਚਾਹੀਦਾ ਸਾਲ ਦਾ, ਮਹੀਨੇ ਦਾ 1000 ਰੁਪਈਆ ਤਾਂ ਹੋਵੇ, ਨਾਲ ਇਹਦੇ ਵਿੱਚ ਖੇਤ ਮਜ਼ਦੂਰ ਵੀ ਸ਼ਾਮਿਲ ਕਰਨੇ ਚਾਹੀਦੇ ਆ। ਉਹਨਾਂ ਨੇ ਕਿਹਾ ਵੀ ਜਿੰਨੀ ਰਾਸ਼ੀ ਕੇਂਦਰ ਦੇ ਵੱਲੋਂ ਐਲਾਨ ਕੀਤੀ ਗਈ ਆ ਉਨੀ ਸੂਬੇ ਦੀ ਸਰਕਾਰ ਵੀ ਐਲਾਨ ਕਰੇ। ਪਰ ਬਹੁਤੀਆਂ ਗੱਲਾਂ ਫਿਰ ਇਸ ਤੋਂ ਬਾਅਦ ਮਨ 'ਚ ਆਉਂਦੀਆਂ ਵੀ ਛੋਟੇ ਬਾਦਲ ਸਾਹਿਬ ਇਹ ਕਿਉਂ ਨਹੀਂ ਦੱਸਦੇ ਵੀ ਜਦੋਂ ਸਾਡੀ ਸਰਕਾਰ ਸੀ ਉਦੋਂ ਅਸੀਂ ਕਿਸਾਨੀ ਲਈ ਕੀ ਕੁਝ ਕੀਤਾ। ਮੈਂ ਦੱਸਦੀ ਕੀ ਕੀਤਾ, ਉਦੋਂ ਇਹਨਾਂ ਨੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਲਈ ਰਾਸ਼ੀ ਥੋੜੀ ਜਿਹੀ ਵਧਾ ਦਿੱਤੀ ਸੀ। ਸਰਵੇਖਣ ਸਰਵੇਖਣ ਹੁੰਦੇ ਸੀ ਜੀ, ਉਦੋਂ ਇਹ ਕਹਿੰਦੇ ਸੀ ਵੀ ਤੁਸੀਂ ਖੁਦਕੁਸ਼ੀ ਕਰਨ ਵਾਲੇ ਬਣੋ, ਅਸੀਂ ਤੁਹਾਨੂੰ 1 ਲੱਖ ਰੁਪਇਆ ਵਾਧੂ ਦੇਵਾਂਗੇ। ਉਦੋਂ ਇਹ ਸਾਰਾ ਕੁਝ ਕੀਤਾ, ਉਦੋਂ ਅਸੀਂ ਸਵਾਮੀਨਾਥਨ ਰਿਪੋਰਟ ਦਾ ਉਹਨੂੰ ਲਾਗੂ ਕਰਨ ਦਾ ਰੌਲਾ ਪਾਇਆ, ਉਦੋਂ ਅਸੀਂ ਸਾਰਾ ਕੁਝ ਕੇਂਦਰ ਦੇ ਉੱਪਰ ਸੁੱਟਦੇ ਰਹੇ ਹਾਂ, ਉਦੋਂ ਅਸੀਂ ਆਪਣੀਆਂ ਜਿਹੜੀਆਂ ਗਲਤੀਆਂ ਸੀ ਉਹ ਵੀ ਦੂਸਰਿਆਂ ਦੇ ਸਿਰਾਂ ਤੇ ਮੜਦੇ ਰਹੇ ਹਾਂ, ਇਹ ਸਾਰਾ ਕੁਝ ਕੀਤਾ ਉਹਨਾਂ ਨੇ। ਮੈਂ ਨਾ ਇੱਕ ਕਿਸਾਨ ਦੇ ਨਾਲ ਗੱਲ ਕੀਤੀ, ਮੈਂ ਕਿਹਾ ਵੀ ਤੁਹਾਡੇ ਕੋਲੇ 3 ਏਕੜ ਜ਼ਮੀਨ ਆ ਜੀ, 500 ਰੁਪਇਆ ਮਹੀਨਾ ਖਾਤੇ ਚਾਜਾ ਕਰਨਾ ਕੀ ਕਰੋਗੇ? ਕਹਿੰਦਾ ਵੀ ਸਾਨੂੰ ਤਾਂ ਖੁਦ ਨੂੰ ਨਹੀਂ ਸਮਝ ਆਉਂਦੀ ਵੀ 500 ਰੁਪਇਆ ਖਰਚਣਾ ਕਿਵੇਂ ਆ। ਅਸੀਂ ਤਾਂ ਇਹ ਸੋਚਦੇ ਹਾਂ ਵੀ 500 ਦੇ ਵਿੱਚੋਂ 50 ਰੁਪਈਏ ਵਰਤ ਕੇ 450 ਰੁਪਈਆ ਭਾਜਪਾ ਨੂੰ ਦਾਨ ਕਰ ਲਿਆ ਕਰੀਏ, ਵੀ ਆਹ ਲਓ ਤੁਹਾਡੀ ਪਾਰਟੀ ਨੂੰ ਮਜ਼ਬੂਤ ਕਰ ਦਈਏ। ਸਾਡਾ ਕੀ ਆ, ਅੱਗੇ ਉਹ ਕਹਿ ਦੇਣਗੇ ਕਿ ਮਨੀ ਆਰਡਰ ਭੇਜੋ ਭਾਈ, ਇਦਾਂ ਨਹੀਂ ਲੈਣੇ ਸੀ। ਸਹੀ ਗੱਲ, ਤੁਹਾਨੂੰ ਪਤਾ ਹੀ ਹੈ ਪਿੱਛੇ ਜਿਹੜੇ ਕਿਸਾਨ ਨੇ ਆਲੂ ਜਿਹੜੇ ਵੇਚ ਕੇ ਤੇ ਸਾਰੇ ਪੈਸੇ ਭੇਜੇ ਸੀ, ਉਹਨੂੰ ਵੀ ਗਾਂ ਤੋਂ ਸੁਣਾਤਾ ਸੀ ਵੀ ਮਨੀ ਆਰਡਰ ਭੇਜੋ, ਐ ਨਹੀਂ ਅਸੀਂ ਪੈਸੇ ਸਵੀਕਾਰਦੇ, ਤਾਂ ਉਹਨਾਂ ਨੇ ਲਾਈ ਹੋਈ ਹੈ। ਹਾਂ ਹਾਂ, ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਚਾਹੀਦਾ ਵਿਚਾਰ ਦੇ ਵਿੱਚ, ਮੈਂ ਹਰਮਨ ਥਿੰਦ, ਮੇਰੇ ਨਾਲ ਸਵਰਨ ਸਿੰਘ ਟਾਣਾ, ਅਸੀਂ ਫਿਰ ਤੋਂ ਹਾਜ਼ਰ ਹੋ ਗਏ ਜੀ। ਜੀ ਜੀ, ਹੁਣ ਅਗਲੀ ਖਬਰ ਵੱਲ ਵਧੀਏ। ਕਰੋ ਸਾਂਝੀ। ਕਹਿੰਦੇ ਬਾਬਾ ਜੀ ਬਾਹੂਬਲੀ ਬਣ ਗਏ। ਬਿਲਕੁਲ ਜੀ, ਪਿਪਲੀ ਵਾਲੇ ਸਤਨਾਮ ਸਿੰਘ ਹੋਰੀ ਬਣ ਗਏ। ਹਾਂ ਸੱਚੀ, ਨੀਲਧਾਰੀ ਸੰਪਰਦਾ ਦੇ ਮੁਖੀ ਸਤਨਾਮ ਸਿੰਘ ਪਿਪਲੀ ਵਾਲੇ ਜੀ, ਜਿਨ੍ਹਾਂ ਦਾ ਪਿਪਲੀ ਦੇ ਵਿੱਚ ਹਰਿਆਣੇ ਦੇ ਵਿੱਚ ਡੇਰਾ ਬਹੁਤ ਵੱਡਾ, ਉਹ ਬਣ ਗਏ ਬਾਹੂਬਲੀ। ਸੱਚੀ, 10 ਬੰਦਿਆਂ ਨੇ ਉਹਨਾਂ ਨੂੰ ਮੋਢਿਆਂ ਦੇ ਉੱਤੇ ਚੱਕਿਆ ਹੋਇਆ, ਜਿਵੇਂ ਨਾ ਬਹੁਤ ਵੱਡੇ ਮਹਾਰਾਜੇ ਦੀ ਸਵਾਰੀ ਹੁੰਦੀ ਆ, ਇਸ ਤਰੀਕੇ ਦੇ ਨਾਲ ਉਹ ਬੈਠੇ ਹੋਏ ਆ। ਗੁਰਦੁਆਰੇ ਦੀ ਇਹ ਸਾਰੀ ਤਸਵੀਰ ਆ, ਤੇ ਪਤਾ ਲੱਗਾ ਵੀ ਬਾਹੂਬਲੀ ਗੀਤ ਦੇ ਬੋਲ ਲੱਗੇ ਹੋਏ ਆ, ਪਿੱਛੇ ਬਾਹੂਬਲੀ ਦਾ ਗੀਤ ਚੱਲ ਰਿਹਾ ਤੇ ਨਾਲ ਹੀ ਬਾਬਾ ਜੀ ਦੀ ਐਂਟਰੀ ਹੋ ਰਹੀ ਆ ਉਸ ਪਾਲਕੀ ਦੇ ਵਿੱਚ। ਬਿਲਕੁਲ ਜੀ, ਜਿਵੇਂ ਨਾ ਕੋਈ ਫਿਲਮ ਸਟਾਰ, ਜਿਵੇਂ ਕੋਈ ਬਹੁਤ ਵੱਡਾ ਕਲਾਕਾਰ ਅਚਾਨਕ ਦਾਖਲ ਹੁੰਦਾ ਕਿਸੇ ਭੀੜ ਦੇ ਵਿੱਚ, ਇਸ ਤਰੀਕੇ ਦੇ ਨਾਲ ਨੀਲਧਾਰੀ ਸੰਪਰਦਾ ਦੇ ਮੁਖੀ ਨੇ ਜਿਹੜੇ ਸਤਨਾਮ ਸਿੰਘ ਹੋਰੀ ਦਾਖਲ ਹੁੰਦੇ ਆ ਤੇ ਲੋਕ ਸੈਲਫੀਆਂ ਲੈ ਰਹੇ ਆ, ਲੋਕ ਵੀਡੀਓ ਬਣਾ ਰਹੇ ਮੋਬਾਈਲਾਂ ਦੇ ਉੱਤੇ, 10 ਜਣਿਆਂ ਨੇ ਉਸ ਪਾਲਕੀ ਨੂੰ ਚੱਕਿਆ ਹੋਇਆ। ਪਤਾ ਨਹੀਂ ਕਿਉਂ ਮੈਂ ਇਸ ਸਭ ਕੁਝ ਦੇ ਹੱਕ ਦੇ ਵਿੱਚ ਨਹੀਂ ਆ। ਕੋਈ ਵੀ ਨਹੀਂ ਹੱਕ ਦੇ ਵਿੱਚ, ਕਿਉਂਕਿ ਗੱਲ ਇਹ ਹੈ ਵੀ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਧਾਰਮਿਕ ਗੁਰੂ ਹਾਂ, ਅਸੀਂ ਲੋਕਾਂ ਨੂੰ ਸਹੀ ਰਾਹ ਤੇ ਪਾਉਣਾ ਹੈ, ਅਸੀਂ ਲੋਕਾਂ ਨੂੰ ਗੁਰਮਤ ਨਾਲ ਜੋੜਨਾ ਹੈ, ਅਸੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਤੇ ਅਸੀਂ ਸਿੱਖੀ ਦੇ ਸੇਵਾਦਾਰ ਹਾਂ, ਅਸੀਂ ਇਹੀ ਕਹਿੰਦੇ ਆ। ਪਰ ਤੁਸੀਂ ਸੇਵਾਦਾਰ ਹੋ ਕੇ ਲੋਕਾਂ ਦੇ ਮੋਢਿਆਂ ਤੇ ਚੜੀ ਫਿਰੋ, ਇਹ ਕਿੱਥੋਂ ਦੀ ਸਿਆਣਪ ਆ, ਮੈਨੂੰ ਇਹ ਨਹੀਂ ਸਮਝ। ਦੇਖੋ ਜੀ, ਹੁਣ ਬੇਸ਼ੱਕ ਸਫਾਈਆਂ ਕੋਈ ਵੀ ਦਿੱਤੀਆਂ ਜਾਣ ਜੀ, ਇਹ ਗੱਲ ਕਹੀ ਜਾਵੇ ਜੀ ਕਿ ਸਾਡੀ ਭਾਵਨਾ ਨਹੀਂ ਸੀ ਇਹ ਥਾਈਲੈਂਡ ਦੇ ਇੱਕ ਗੁਰਦੁਆਰੇ ਦੀ ਵੀਡੀਓ ਆ ਜਿਹੜੀ ਮੈਂ ਵੀ ਦੇਖੀ ਆ, ਬਹੁਤ ਸਾਰੇ ਦਰਸ਼ਕਾਂ ਨੇ ਦੇਖੀ ਹੋਣੀ, ਉਹਨੂੰ ਦੇਖ ਕੇ ਨਾ ਬਹੁਤ ਕੁਝ ਅਟਪਟਾ ਜਿਹਾ ਲੱਗਦਾ ਵੀ ਜਿਹੜੀ ਸਾਡੀ ਸਿੱਖੀ ਆ, ਜਿਹੜੇ ਸਾਡੇ ਸਿਧਾਂਤ ਆ, ਉਹ ਸਾਦਗੀ ਦੀ ਗੱਲ ਕਰਦੇ ਆ, ਉਹ ਇਸ ਤਰੀਕੇ ਦੇ ਨਾਲ ਦਾਖਲੇ ਕੀਤੇ ਜਾਣ, ਇਸ ਤਰੀਕੇ ਦੇ ਨਾਲ ਤੁਸੀਂ ਫਿਲਮੀ ਕਲਾਕਾਰ ਬਣ ਕੇ ਸਾਹਮਣੇ ਆਓ, ਇਸ ਤਰੀਕੇ ਦੇ ਨਾਲ ਹੀ ਕਈ ਉਹ ਬੰਦੇ ਜਿਹੜੇ ਹੁਣ ਜੇਲ੍ਹਾਂ ਦੇ ਵਿੱਚ ਆ ਇਹੋ ਜਿਹੇ ਦਾਖਲੇ ਲੈਂਦੇ ਹੁੰਦੇ ਸੀਗੇ, ਅਤੇ ਉਹਨਾਂ ਦਾ ਹਸ਼ਰ ਕੀ ਹੋਇਆ ਆਪਾਂ ਜਾਣਦੇ ਹਾਂ, ਅਤੇ ਨੀਲਧਾਰੀ ਸੰਪਰਦਾ ਦੇ ਮੁਖੀ ਪਤਾ ਨਹੀਂ ਉਹਨਾਂ ਗੱਲਾਂ ਤੋਂ ਕਿਉਂ ਨਹੀਂ ਸਬਕ ਸਿੱਖਦੇ। ਵਾਕਈ, ਕਿਉਂਕਿ ਇਹ ਜੋ ਕੁਝ ਉਹਨਾਂ ਨੇ ਕੀਤਾ ਇਹਦੇ ਨਾਲ ਸਿੱਖੀ ਦਾ ਕਿਹੜਾ ਫਾਇਦਾ ਹੋ ਰਿਹਾ? ਮੈਂ ਇੱਕ ਹੋਰ ਗੱਲ ਦੱਸਦਾ ਕਿ ਇਹ ਸਤਨਾਮ ਸਿੰਘ ਹੋਰਾਂ ਦੀ ਇਹ ਕੋਈ ਪਹਿਲੀ ਗੱਲ ਨਹੀਂ ਵਿਵਾਦ ਵਾਲੀ ਸਾਹਮਣੇ ਆਈ, ਇਸ ਤੋਂ ਪਹਿਲਾਂ ਉਹਨਾਂ ਨੇ ਕੁਝ ਕੁ ਸਿੱਖ ਇਤਿਹਾਸ ਦੇ ਬਾਰੇ ਵੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸੀ, ਉਦੋਂ ਵੀ ਉਹਨਾਂ ਨੇ ਸਫਾਈ ਦਿੱਤੀ ਸੀ ਵੀ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਇਹ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਇਹੋ ਜਿਹੀ ਕੋਈ ਨਾ ਕੋਈ ਗਲਤੀ ਕਰ ਜਾਂਦੇ ਹੁੰਦੇ ਆ, ਜਿਹਦੇ ਕਰਕੇ ਚੁੰਝ ਚਰਚਾ ਛਿੜਦੀ ਆ ਪਰ ਬਚ ਜਾਂਦੇ ਹੁੰਦੇ ਆ। ਇਹਨਾਂ ਨੂੰ ਸਿੱਖ ਪੰਥ ਦੇ ਵਿੱਚ, ਸਿੱਖ ਧਰਮ ਦੇ ਵਿੱਚ ਮੁੱਖ ਧਾਰਾ ਦੇ ਵਿੱਚ ਲੈ ਕੇ ਆਉਣ ਵਾਲੇ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਇਕਬਾਲ ਸਿੰਘ ਹੋਰੀਆਂ ਪਟਨਾ ਸਾਹਿਬ ਵਾਲੇ, ਸੋ ਉਸ ਤੋਂ ਬਾਅਦ ਵੀ ਇਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਪ੍ਰਗਟਾਵਾ ਕੀਤਾ ਜਾ ਰਿਹਾ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪ ਉੱਚੇ ਦਿਖਾਈ ਦੇ ਰਹੇ ਆ, ਜਿਸ ਤਰੀਕੇ ਦੇ ਨਾਲ ਲੋਕਾਂ ਦੇ ਮੋਢਿਆਂ ਦੇ ਉੱਤੇ ਚੜ ਰਹੇ ਆ, ਜਿਵੇਂ ਗੁਰਦੁਆਰੇ ਦੇ ਵਿੱਚ ਬਾਹੂਬਲੀ ਦਾ ਗਾਣਾ ਚੱਲ ਰਿਹਾ, ਮੈਨੂੰ ਤਾਂ ਦੇਖ ਕੇ ਸੰਗ ਜੀ ਵੀ ਆਈ ਆ ਵੀ ਯਾਰ ਅਸੀਂ ਕਿਹੜੇ ਪਖੰਡਾਂ ਦੇ ਵਿੱਚ ਪਏ ਆ। ਵਾਕਈ, ਤੁਸੀਂ ਇਹ ਵੇਖੋ ਕਿ ਇਹ ਵੀਡੀਓ ਇਕੱਲੀ ਇੱਕ ਬੰਦੇ ਤੱਕ ਤਾਂ ਪਹੁੰਚੀ ਨਹੀਂ ਹੋਏਗੀ, ਜਿੱਥੇ ਇੱਥੇ ਫੈਲੀ ਆ ਜ਼ਰੂਰੀ ਨਹੀਂ ਉਹ ਸਾਰੇ ਸਿੱਖ ਹੋਣ, ਤਾਂ ਉਹਨਾਂ ਲੋਕਾਂ ਦੇ ਵਿੱਚ ਇਹਨਾਂ ਵੀਡੀਓਜ਼ ਦਾ ਕੀ ਅਸਰ ਹੁੰਦਾ ਹੋਏਗਾ, ਕਿਵੇਂ ਤੁਸੀਂ ਮਜ਼ਾਕ ਦੇ ਪਾਤਰ ਬਣਦੇ ਹੋ, ਇਹਦਾ ਤੁਸੀਂ ਅੰਦਾਜ਼ਾ ਚੰਗੀ ਤਰ੍ਹਾਂ ਲਗਾ ਸਕਦੇ ਹੋ, ਹੈ ਨਾ। ਨਾਲ ਦੀ ਨਾਲ ਹੀ ਇਹ ਸਾਰੀਆਂ ਪਖੰਡਬਾਜ਼ੀਆਂ ਤਾਂ ਸਿੱਖ ਧਰਮ ਦੀ ਜੇ ਆਪਾਂ ਗੱਲ ਕਰੀਏ ਤਾਂ ਗੁਰੂ ਸਾਹਿਬ ਨੇ ਤਾਂ ਆਪਾਂ ਨੂੰ ਹਮੇਸ਼ਾ ਹੀ ਪਖੰਡਬਾਜ਼ੀਆਂ ਤੋਂ ਦੂਰ ਰਹਿਣ ਦੇ ਲਈ ਕਿਹਾ, ਹੈ ਨਾ, ਸਾਦਾ ਜੀਵਨ ਜਿਉਣ ਦੇ ਲਈ ਕਿਹਾ, ਤੇ ਅਸੀਂ ਆ ਕਿਹੜੇ ਚੱਕਰਾਂ ਦੇ ਵਿੱਚ ਤੁਰੇ ਫਿਰਦੇ ਹਾਂ। ਸੋ
ਲਾਈਫ, ਇੱਕ ਹੁੰਦੀ ਆ ਰੀਅਲ ਵਾਲੀ ਲਾਈਫ, ਇੱਕ ਹੁੰਦੀ ਆ ਅਸਲ ਜ਼ਿੰਦਗੀ, ਇੱਕ ਹੁੰਦੀ ਆ ਵਾਰ ਵਾਰ ਕੱਟ ਕੇ ਆਹ ਦ੍ਰਿਸ਼ ਸਹੀ ਨਹੀਂ ਹੋਇਆ ਫਿਰ ਦੁਬਾਰਾ, ਉਹ ਇੱਕ ਵੱਖਰੀ ਜ਼ਿੰਦਗੀ ਹੁੰਦੀ ਆ। ਪਰ ਆਪਾਂ ਜਿਹੜੇ ਧਰਮ ਨਾਲ, ਜਿਹੜੇ ਸਮਾਜ ਨਾਲ ਜੁੜੇ ਹੋਏ ਆ, ਜ਼ਿੰਮੇਵਾਰੀ ਨਾਲ, ਬਿਲਕੁਲ ਉੱਥੇ ਇਹ ਹੋਛੀਆਂ ਜਿਹੀਆਂ ਗੱਲਾਂ ਸ਼ੋਭਦੀਆਂ ਨਹੀਂ। ਹੋ ਸਕਦਾ ਕੱਲ ਨੂੰ ਕੋਈ ਚੱਕਵਾਂ ਜਿਹਾ ਬੰਦਾ ਇਹ ਕਹੇ ਵੀ ਨਹੀਂ ਨਹੀਂ ਬਾਬਾ ਜੀ, ਅਸੀਂ ਤਾਂ ਇਉਂ ਚਾਹੁੰਦੇ ਹਾਂ ਵੀ ਤੁਹਾਡਾ ਦਾਖਲਾ ਇਉਂ ਕਰਾਉਣਾ ਸਮਾਗਮ ਦੇ ਵਿੱਚ ਗੁਰਦੁਆਰੇ ਦੇ ਵਿੱਚ, ਤੁਸੀਂ ਉਹਨੂੰ ਕਹਿ ਸਕਦੇ ਵੀ ਭਾਈ ਨਹੀਂ ਏਦਾਂ ਨਹੀਂ ਕਰਨਾ, ਆਪਾਂ ਸਾਦਾ ਜੀਵਨ ਜਿਉਣਾ, ਆਪਾਂ ਲੋਕਾਂ ਦੇ ਵਿੱਚ ਵਿਚਰਨਾ, ਲੋਕਾਂ ਵਰਗੇ ਬਣ ਕੇ ਰਹਿਣਾ, ਅਸੀਂ ਕੋਈ ਮਹਾਰਾਜ ਨਹੀਂ, ਅਸੀਂ ਕੋਈ ਬਾਬੇ ਨਹੀਂ, ਅਸੀਂ ਕੋਈ ਬਹੁਤ ਉੱਚੀ ਸ਼ਖਸੀਅਤ ਦੇ ਮਾਲਕ ਨਹੀਂ ਹੈਗੇ, ਸਧਾਰਨ ਲੋਕਾਂ ਵਰਗੇ ਸਧਾਰਨ ਬੰਦੇ ਆ। ਰੱਬ ਕਿਵੇਂ ਆਖ ਦਿੱਤਾ, ਰੱਬ ਬਣ ਬਹਿ ਗਿਆ। ਇਹ ਗੱਲਾਂ ਨਾ ਜਿਹੜੀਆਂ ਬਹੁਤ ਕੁਝ ਸੋਚਣ ਵਾਸਤੇ ਮਜਬੂਰ ਕਰਦੀਆਂ। ਸੋ ਮੈਂ ਤਾਂ ਸੱਚੀ ਮੁੱਚੀ ਉਹ ਵੀਡੀਓ ਦੇਖ ਕੇ ਹੈਰਾਨ ਹਾਂ ਵੀ ਨੀਲਧਾਰੀ ਸੰਪਰਦਾ ਦੇ ਮੁਖੀ ਦੇ ਵਿੱਚ ਬਾਹੂਬਲੀ ਦੀ ਰੂਹ ਕਿਵੇਂ ਆ ਗਈ। ਹਰਮਨ ਜੀ, ਅੱਜ ਨਾ ਮੈਂ ਵੈਸੇ ਖੁਸ਼ ਬਹੁਤ ਹਾਂ। ਖੁਸ਼ ਇਸ ਕਰਕੇ ਆ ਵੀ ਅੱਜ ਸਵੇਰੇ ਸਵੇਰੇ ਜਦੋਂ ਦਫ਼ਤਰ ਦੇ ਵਿੱਚ ਦਾਖਲ ਹੋਏ ਆ ਤਾਂ ਸਰਦਾਰ ਰਾਮ ਸਿੰਘ ਸਲੂਜਾ ਹੋਰੀ ਜਿਹੜੇ ਰਹਿੰਦੇ ਹੁਣ ਜਲੰਧਰ ਦੇ ਵਿੱਚ ਹੀ ਆ, ਪਰ ਉਹ ਨਿਊਯਾਰਕ ਦੇ ਵੱਲ, ਅਮਰੀਕਾ ਦੇ ਵੱਲ ਵੀ ਰਹਿੰਦੇ ਰਹੇ ਆ। ਉਹ ਬਜ਼ੁਰਗ ਅਵਸਥਾ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਉਹ ਪੌੜੀਆਂ ਚੜ੍ਹੇ ਤੇ ਕਹਿੰਦੇ ਵੀ ਇੱਕ ਦਿਨ ਅਸੀਂ ਚੱਜ ਦਾ ਵਿਚਾਰ ਪ੍ਰੋਗਰਾਮ ਦੇਖਿਆ ਸੀ, ਉਹਦੇ ਵਿੱਚ ਇਹ ਗੱਲ ਛਿੜੀ ਸੀ ਵੀ ਟਹਿਣੇ ਹੋਰਾਂ ਨੂੰ ਮੂੰਗਫਲੀ ਬੜੀ ਚੰਗੀ ਲੱਗਦੀ ਹੈ। ਗੱਲ ਛਿੜੀ ਸੀ ਵੀ ਭਾਈ ਗੁੜ ਵੀ ਬੜਾ ਸਵਾਦ ਲੱਗਦਾ। ਕਹਿੰਦੇ ਵੀ ਮੈਂ ਮੂੰਗਫਲੀ ਲੈ ਕੇ ਆਇਆ, ਮੈਂ ਗੁੜ ਲੈ ਕੇ ਆਇਆ, ਮੈਂ ਗੱਚਕ ਲੈ ਕੇ ਆਇਆ, ਤੇ ਇੰਨਾ ਕੁ ਚੰਗਾ ਲੱਗਾ ਉਹਨਾਂ ਬਜ਼ੁਰਗਾਂ ਨੂੰ ਮਿਲ ਕੇ, ਉਹਨਾਂ ਦੀ ਜ਼ਿੰਦਗੀ ਦੇ ਤਜਰਬਿਆਂ ਨੂੰ ਸੁਣ ਕੇ ਵੀ ਬਸ ਦਿਲ ਕਰਦਾ ਸੀ ਵੀ ਕੋਲੋਂ ਉੱਠੀਏ ਹੀ ਨਾ। ਵੈਸੇ ਉਹ ਪੇਸ਼ੇ ਵਜੋਂ ਵਕੀਲ ਨੇ ਤੇ ਪਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਹਮੇਸ਼ਾ, ਮੈਂ ਉਹਨਾਂ ਨੂੰ ਇਸ ਤੋਂ ਪਹਿਲਾਂ ਵੀ ਦੋ ਵਾਰ ਮਿਲੀ, ਉਹ ਉਚੇਚੇ ਤੌਰ ਦੇ ਉੱਪਰ ਸਾਡੇ ਦਫ਼ਤਰ ਦੇ ਵਿੱਚ ਪਹੁੰਚੇ ਔਰ ਬੈਠ ਕੇ ਜਦੋਂ ਉਹ ਗੱਲਬਾਤ ਕਰਦੇ ਨੇ ਤਾਂ ਬਹੁਤ ਜ਼ਿਆਦਾ ਚੰਗਾ ਅਤੇ ਆਪਣੱਤ ਵਾਲਾ ਜਿਹੜਾ ਅਹਿਸਾਸ ਹੈ ਉਹ ਹੁੰਦਾ ਅਤੇ ਜਦੋਂ ਉਹ ਇੰਨਾ ਵੱਡਾ ਲਿਫਾਫਾ ਭਰ ਕੇ ਅਤੇ ਸਾਰੇ ਹੀ ਦਫ਼ਤਰ ਦੇ ਸਾਥੀਆਂ ਦੇ ਲਈ ਇੰਨੀ ਸਾਰੀ ਮੂੰਗਫਲੀ, ਇੰਨਾ ਕੁਛ ਲੈ ਕੇ ਆਏ ਤਾਂ ਇਉਂ ਲੱਗਿਆ ਮੈਨੂੰ, ਸੱਚੀ ਮੈਨੂੰ ਇਉਂ ਲੱਗਿਆ ਜਿਵੇਂ ਨਾ ਨਿੱਕੇ ਨਿੱਕੇ ਹੁੰਦੇ ਸੀ ਤਾਂ ਨਾਨੇ ਨੇ ਜਾਂ ਦਾਦੇ ਨੇ ਲੋਹੜੀ ਲੈ ਕੇ ਆਉਣਾ ਹੈ ਨਾ, ਤੇ ਉਦੋਂ ਇੰਨੇ ਇੰਨੇ ਲਿਫਾਫੇ ਭਰੇ ਹੁੰਦੇ ਸੀ ਤੇ ਬਿਲਕੁਲ ਉਹ ਬੜਾ ਅਹਿਸਾਸ ਸੀ ਜਦੋਂ ਮੈਂ ਉਹਨਾਂ ਨੂੰ ਲਿਫਾਫਾ ਚੱਕੀ ਆਉਂਦੇ। ਬਿਲਕੁਲ ਬਾਪੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਇੰਨਾ ਪਿਆਰ ਦਿੰਦੇ ਹੋ, ਤੁਸੀਂ ਇੰਨਾ ਨਿੱਘ ਦਿੰਦੇ ਹੋ ਸਾਨੂੰ। ਪਰ ਨਾ ਜਿਹੜੇ ਪ੍ਰਵਾਸੀ ਪੰਜਾਬੀ ਭੈਣਾਂ ਵੀਰਾ, ਉਹਨਾਂ ਨੇ ਸਮਾਜ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਉਹਨਾਂ ਨੇ ਆਪਣੇ ਪੰਜਾਬ ਦੀ ਨੁਹਾਰ ਬਦਲਣ ਦੇ ਵਿੱਚ ਕੋਈ ਕਸਰ ਨਹੀਂ ਬਾਕੀ ਛੱਡੀ। ਇੱਥੋਂ ਦੀਆਂ ਸਰਕਾਰਾਂ ਤਾਂ ਪੀੜਤਾਂ ਦੀ ਬਾਂਹ ਫੜਦੀਆਂ ਨਹੀਂ, ਜੇਕਰ ਐਨਾ ਰਹੀ ਭੈਣਾਂ ਵੀਰ ਨਾ ਹੋਣ ਤਾਂ ਮੇਰਾ ਖਿਆਲ ਆ ਵੀ ਉਹਨਾਂ ਦੀ ਪੀੜ ਪੀੜੀ ਰਹਿ ਜੇ, ਕਦੇ ਉਹਨਾਂ ਦਾ ਦਰਦ ਮਿਟੇ ਨਾ। ਦੇਖੋ NRI ਜਿੰਨੇ ਵੀ ਵੀਰ ਭੈਣ ਭਰਾ ਹੈਗੇ ਨੇ ਆਪਣੇ, ਉਹ ਸਾਰੇ ਇਹ ਤਾਂ ਹੈ ਨਹੀਂ ਵੀ ਕਿਤੇ ਦਰਖਤਾਂ ਨਾਲੋਂ ਨੋਟ ਤੋੜ ਕੇ ਤਾਂ ਫਿਰ ਉਹ ਕਮਾਈ ਜਾਂਦੇ ਨੇ, ਮਿਹਨਤਾਂ ਨੇ ਉਹਨਾਂ ਦੀ, ਇਹ ਕਹਿ ਲਓ ਹੱਕ ਦੀ, ਆਪਣੇ ਖੂਨ ਪਸੀਨੇ ਦੀ ਕਮਾਈ ਹੈ। ਪਰ ਇਹ ਬਿਲਕੁਲ ਇੱਕ ਸੱਚੀ ਗੱਲ ਹੈ ਕਿ ਬਹੁਤ ਸਾਰੇ NRI ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣੇ ਪਿੰਡਾਂ ਦੇ ਲੋਕਾਂ ਦੀ ਬਾਂਹ ਫੜੀ ਹੈ, ਜਿਨ੍ਹਾਂ ਨੇ ਆਪਣੇ ਪਿੰਡਾਂ ਦੀ ਨੁਹਾਰ ਬਦਲੀ ਹੈ, ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕੋਈ ਕਹਿ ਲਓ ਵੀ ਜਿਹੜੀਆਂ ਗਰੀਬ ਧੀਆਂ ਨੇ ਉਹਨਾਂ ਦੇ ਵਿਆਹ ਕਰ ਜਾਂਦਾ, ਕੋਈ ਵੈਸੇ ਗਰੀਬਾਂ ਦੀ ਬਾਂਹ ਫੜ ਲੈਂਦਾ, ਕੋਈ ਪੀੜਤਾਂ ਦੀ ਬਾਂਹ ਫੜ ਲੈਂਦਾ। ਸੋ ਇਹਦੇ ਲਈ ਉਹਨਾਂ ਸਾਰਿਆਂ ਨੂੰ ਸਲਾਮ ਕਰਨੀ। ਕੈਨੇਡਾ ਦੇ ਵਿੱਚ ਸਰਦਾਰ ਮਹਿੰਦਰ ਸਿੰਘ ਧੀਮਾਨ ਹੋ ਰਹੀ ਹੈ ਜੀ, ਮੈਂ ਨਾ ਪਿੱਛੇ ਜੇ ਇੱਕ ਖਬਰ ਸਾਂਝੀ ਕੀਤੀ ਸੀ ਖਬਰ ਦੀ ਖਬਰ ਪ੍ਰੋਗਰਾਮ ਦੇ ਵਿੱਚ ਵੀ, ਪ੍ਰਗਟ ਸਿੰਘ ਨਾਂ ਦਾ ਇੱਕ ਵਿਅਕਤੀ ਹੈ ਜਿਹੜਾ ਗੋਤਾਖੋਰ ਆ, ਕੁਰੂਕਸ਼ੇਤਰ ਦਾ ਰਹਿਣ ਵਾਲਾ ਜੀ, ਜਿਹਦਾ ਹਾਦਸਾ ਹੋ ਗਿਆ ਸੀ ਤੇ ਬਾਅਦ ਦੇ ਵਿੱਚ ਇਲਾਜ ਵਾਸਤੇ ਪੈਸੇ ਹੈ ਨਹੀਂ ਸੀ ਤੇ 11,000 ਦੇ ਕਰੀਬ ਲਾਸ਼ਾਂ ਉਸ ਵਿਅਕਤੀ ਨੇ ਬਿਨਾਂ ਕੋਈ ਪੈਸਾ ਲਿਆ ਅੱਜ ਤੱਕ ਨਹਿਰਾਂ ਦੇ ਵਿੱਚੋਂ, ਸੂਇਆਂ ਦੇ ਵਿੱਚੋਂ, ਤਲਾਬਾਂ ਦੇ ਵਿੱਚੋਂ ਕੱਢੀਆਂ। ਸੱਚੀ ਗੱਲ, ਉਹਦੇ ਬਹੁਤ ਤਜਰਬੇ ਇਹੋ ਜਿਹੜੇ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ, ਲੋਕ ਅੰਡਾ ਖੜਾ ਹੋ ਜਾਂਦਾ ਜੀ। ਧੀਮਾਨ ਸਾਹਿਬ ਨੇ 1,00,000 ਰੁਪਈਆ ਉਹਨਾਂ ਨੂੰ ਭੇਜਿਆ, ਵਾਹ, ਇਹਦੇ ਲਈ ਅਸੀਂ ਉਹਨਾਂ ਦਾ ਧੰਨਵਾਦੀ ਆ। ਪਰ ਹੋਰ ਦੇਖੋ ਕਮਾਲ ਦੀ ਗੱਲ, ਰੇਲ ਹਾਦਸਾ ਵਾਪਰਿਆ ਦੁਸਹਿਰੇ ਵਾਲੇ ਦਿਨ, ਉਹ ਕਿਹਦੇ ਕਰਕੇ ਵਾਪਰਿਆ, ਕਿਵੇਂ ਵਾਪਰਿਆ, ਆਪਾਂ ਬਹੁਤ ਵਾਰੀ ਗੱਲ ਕੀਤੀ ਹੈ। ਪੰਜਾਬ ਸਰਕਾਰ ਨੇ 5-5 ਲੱਖ ਰੁਪਈਆ ਦਿੱਤਾ ਜੀ, ਉਸ ਤੋਂ ਬਾਅਦ ਸਰਕਾਰੀ ਨੌਕਰੀ ਪੀੜਤਾਂ ਦੇ 1-1 ਜੀ ਨੂੰ ਦੇਣ ਦੀ ਗੱਲ ਕੀਤੀ, ਹਾਲੇ ਤੱਕ ਦਿੱਤੀ ਨਹੀਂ। ਪਰ ਮਹਿੰਦਰ ਸਿੰਘ ਧੀਮਾਨ ਹੋਰਾਂ ਨੇ 58 ਜਿਹੜੇ ਹਾਦਸਾ ਪੀੜਤਾ ਉਹਨਾਂ ਨੂੰ 25-25,000 ਰੁਪਈਏ ਦੇ ਚੈੱਕ ਭੇਜੇ ਆ। ਵਾਹ, 58 ਜਣਿਆਂ ਨੂੰ 25-25,000 ਰੁਪਈਏ ਦੇ ਚੈੱਕ ਵੰਡਣੇ, ਇਹ ਕੋਈ ਛੋਟੀ ਮੋਟੀ ਰਕਮ ਨਹੀਂ ਹੈਗੀ, ਲੱਖਾਂ ਰੁਪਈਏ ਦੇ ਵਿੱਚ ਬਣਦੀ ਗੱਲ। ਵਾਕਈ ਅਸੀਂ ਕਿਸੇ ਆਪਣੇ ਭੈਣ ਭਾਈ ਨੂੰ ਕਿਤੇ 10-20,000 ਦੇਣਾ ਹੋਵੇ ਨਾ, ਤਾਂ ਉਹਦੇ ਲਈ ਵੀ 50 ਵਾਰ ਸੋਚਦੇ ਆ ਤੇ ਫਿਰ ਅਗਲੇ ਨੂੰ ਸਾਰੀ ਉਮਰ ਦਾ ਤਾਨਾ ਵੱਖਰਾ ਵੀ ਭਾਈ ਤੇਰੀ ਉਦੋਂ ਮੈਂ ਮਦਦ ਕੀਤੀ ਸੀ, ਤੈਨੂੰ ਲੋੜ ਪੈਣ ਤੇ ਮੈਂ ਹੀ ਕੰਮ ਆਇਆ ਸੀ, ਜਾਂ ਫਿਰ ਇਹ ਨਿਗਾਹ ਰੱਖਣੀ ਕਿ ਹੁਣ ਜੇ ਮੈਂ ਇਹਦੀ ਮਦਦ ਕੀਤੀ ਤਾਂ ਇਹ ਵੀ ਮੈਨੂੰ ਪੈਸੇ ਮੋੜੇ ਜਾਂ ਮੇਰੀ ਮਦਦ ਕਰੇ, ਹੈ ਨਾ। ਪਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਾਸੇ ਹਟ ਕੇ ਇਸ ਤਰੀਕੇ ਨਾਲ ਅਣਜਾਣ ਲੋਕਾਂ ਦੀ ਮਦਦ ਕਰਨਾ, ਇਹ ਵਾਕਈ ਸੱਚੇ ਸੁੱਚੇ ਉਹਨਾਂ ਨੇ ਆਪਣੇ ਜਿਹੜੇ ਰਿਸ਼ਤੇਦਾਰ ਸਕੇ ਸੰਬੰਧੀ ਆ ਜਿਹੜੇ, ਉਹਨਾਂ ਨੂੰ ਕਿਹਾ ਵੀ ਜਿਹੜੇ ਉਹ ਪਰਿਵਾਰਕ ਮੈਂਬਰ ਆ ਪੀੜਤ, ਉਹਨਾਂ ਸਾਰਿਆਂ ਦੀ ਸੂਚੀ ਕਢਵਾਓ, ਫਿਰ ਪੋਸਟਮਾਰਟਮ ਦੀਆਂ ਰਿਪੋਰਟਾਂ ਕਢਵਾਓ,
ਫਿਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਕੰਮਲ ਜਾਣਕਾਰੀ ਲਓ ਤਾਂ ਜੋ ਕੋਈ ਗਲਤ ਬੰਦਾ ਪੈਸੇ ਲੈ ਨਾ ਜਾਵੇ ਤੇ ਸਹੀ ਬੰਦਾ ਪੀੜਤ ਬੰਦਾ ਪੈਸੇ ਲੈਣ ਤੋਂ ਵਾਂਝਾ ਨਾ ਰਹਿ ਜਾਵੇ। 25,000 ਰੁਪਏ ਦੇ ਚੈੱਕ ਉਹਨਾਂ ਨੂੰ ਮਿਲੇ ਆ, ਬਹੁਤ ਵੱਡੀ ਇਹ ਰਕਮ ਹੈ। ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਆ ਵੀ ਮੈਂ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਹੈ ਜਿਹੜੀ ਇਹ ਪੀੜਤ ਲੋਕਾਂ ਨੂੰ ਦੇਣ ਦਾ ਫੈਸਲਾ ਕੀਤਾ, ਤੇ ਉਹਨਾਂ ਨੇ ਮੈਨੂੰ ਇਹ ਵੀ ਗੱਲ ਕਹੀ ਸੀ ਵੀ ਮੇਰਾ ਜ਼ਿਕਰ ਨਹੀਂ ਕਿਤੇ ਕਰਨਾ, ਪਰ ਮੈਂ ਇੱਥੋਂ ਰਿਹਾ ਨਹੀਂ ਗਿਆ। ਦੇਖੋ ਇਹੋ ਜਿਹੀਆਂ ਚੰਗੀਆਂ ਗੱਲਾਂ ਦਾ ਜ਼ਿਕਰ ਕੀਤੇ ਬਿਨਾਂ ਬੰਦਾ ਰਹਿ ਵੀ ਨਹੀਂ ਸਕਦਾ, ਕਿਉਂਕਿ ਜਿਹੜਾ ਉਹਨਾਂ ਨੇ ਕੰਮ ਕਰ ਦਿਖਾਇਆ ਹੈ ਇਹ ਅਸਲ ਦੇ ਵਿੱਚ ਜਿਹੜੇ ਸੱਚੇ ਸੁੱਚੇ ਇਨਸਾਨ ਹੁੰਦੇ ਨੇ ਉਹਨਾਂ ਦੀ ਇੱਕ ਉਦਾਹਰਣ ਪੇਸ਼ ਕੀਤੀ ਹੈ। ਸੋ ਇਹੋ ਜਿਹੇ ਲੋਕਾਂ ਨੂੰ ਰੱਬ ਬਹੁਤ ਲੰਬੀ ਉਮਰ ਬਖਸ਼ੇ, ਕਿਉਂਕਿ ਇਦਾਂ ਦੇ ਲੋਕਾਂ ਦੀ ਸਮਾਜ ਨੂੰ ਬਹੁਤ ਜ਼ਿਆਦਾ ਲੋੜ ਹੈ। ਸਹੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਪਿਛਲੇ ਦਿਨੀ ਨਾ ਦਿੱਲੀ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਇੱਕ ਸਮਾਗਮ ਵਿੱਚ ਸ਼ਿਰਕਤ ਕਰਕੇ ਆਏ ਜੀ। ਉੱਥੇ ਅਧਿਆਪਕ ਵੀ ਸੀ, ਵਿਦਿਆਰਥੀ ਵੀ ਸੀ ਤੇ ਉਹਨਾਂ ਦੇ ਮਾਪੇ ਵੀ ਸੀ ਜੀ। ਉੱਥੇ ਉਹਨਾਂ ਨੇ ਵਿਦਿਆਰਥੀਆਂ ਨੂੰ ਇਮਤਿਹਾਨ ਦੇ ਦਿਨਾਂ ਦੇ ਵਿੱਚ ਕਿਵੇਂ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਇਹਦੇ ਉੱਤੇ ਭਾਸ਼ਣ ਦਿੱਤਾ। ਠੀਕ ਆ, ਇਹ ਚਲੋ ਹਾਸਣ ਵਾਲੀਆਂ ਗੱਲਾਂ ਨਹੀਂ ਹੈਗੀਆਂ। ਹੁਣ ਤੁਸੀਂ ਕਹੋਗੇ ਵੀ ਪ੍ਰਧਾਨ ਮੰਤਰੀ ਸਾਹਿਬ ਦੀ ਆਪਣੀ ਡਿਗਰੀ ਕਿੱਥੇ ਆ, ਮੈਂ ਨਹੀਂ ਇਹਨਾਂ ਗੱਲਾਂ 'ਚ ਯਕੀਨ ਕਰਦਾ। ਮੇਰੇ ਮਨ ਦੀ ਗੱਲ ਬੜੀ ਜਲਦੀ ਪੜ੍ਹ ਲੈਂਦੇ ਹੋ। ਠੀਕ ਆ, ਪਰ ਉਹਨਾਂ ਨੇ ਨਾ ਉੱਥੇ ਜਦੋਂ ਭਾਸ਼ਣ ਦਿੱਤਾ ਤਾਂ ਇੱਕ ਔਰਤ ਆਈ ਪ੍ਰਧਾਨ ਮੰਤਰੀ ਸਾਹਿਬ ਕੋਲੇ, ਉਹ ਕਹਿੰਦੀ ਵੀ ਮੇਰੇ ਮੁੰਡੇ ਦਾ ਧਿਆਨ ਆ ਨਾ ਜਿਹੜਾ ਪੜ੍ਹਾਈ ਦੇ ਵਿੱਚ ਨਹੀਂ ਰਹਿੰਦਾ, ਇਹ ਸਾਰੀ ਜਿਹੜੀ ਮੋਬਾਈਲ ਦੇ ਉੱਤੇ ਖੇਡਦਾ ਰਹਿੰਦਾ। ਅੱਛਾ ਜੀ। ਤਾਂ ਪੀ ਐਮ ਸਾਹਿਬ ਕਹਿੰਦੇ ਯਹ ਵੀ ਪਬਜੀ ਵਾਲਾ ਹੈ ਕਿਆ? ਪੀ ਐਮ ਸਾਹਿਬ ਨੂੰ ਵੀ ਪਬਜੀ ਦਾ? ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਪਤਾ ਵੀ ਭਾਰਤ ਦੇ ਵਿੱਚ ਪਬਜੀ ਖੇਡ ਆ ਜਿਹੜੀ ਤੇ ਉਹ ਬਹੁਤ ਪ੍ਰਚਲਿਤ ਹੋ ਗਈ ਆ। ਤੁਸੀਂ ਯਕੀਨ ਮੰਨਿਓ ਵੀ ਜਦੋਂ ਨਾ ਮੈਨੂੰ ਪਹਿਲੀ ਵਾਰ ਪਤਾ ਲੱਗਾ ਪਬਜੀ ਦਾ ਤੇ ਮੈਂ ਕਿਹਾ ਵੀ ਐ ਪਬਜੀ ਹੋਊਗਾ ਕਿਤੇ ਵੀ ਪੱਬ ਚੱਕ ਲਿਆ? ਮੈਨੂੰ ਲੱਗਿਆ ਪਤਾ ਨਹੀਂ ਆਹ ਕਿਹੜੀ ਚੀਜ਼ ਹੈ ਪਬਜੀ, ਪਬਜੀ ਹਰ ਪਾਸੇ ਹੁੰਦਾ ਹਨਾ, ਵੀ ਜਿਹੜਾ ਜੀ ਮਗਰ ਲੱਗ ਗਿਆ। ਪਾਰਲੇ ਜੀ ਤਾਂ ਸੁਣਿਆ ਸੀ, ਪਬਜੀ ਕਿੱਥੋਂ ਆ ਗਿਆ ਹਨਾ। ਬਾਅਦ ਵਿੱਚ ਖੋਜ ਕੀਤੀ ਮੈਂ, ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਹੈ ਕੀ, ਤੇ ਫਿਰ ਮੈਨੂੰ ਪਤਾ ਲੱਗਿਆ ਵੀ ਇੱਕ ਪਤਾ ਨਹੀਂ ਸੜੀ ਜੀ ਗੇਮ ਆ ਕੋਈ। ਮੈਂ ਸੜੀ ਜੀ ਇਸ ਲਈ ਕਹਿ ਰਹੀ ਕਿਉਂਕਿ ਮੈਨੂੰ ਬਿਲਕੁਲ ਉਹ ਗੇਮ ਜਿਹੜੀ ਸਮਝ 'ਚ ਨਹੀਂ ਆਈ ਖੇਡ, ਇਹ ਬਿਲਕੁਲ ਮੈਨੂੰ ਪਸੰਦ ਨਹੀਂ। ਪਤਾ ਨਹੀਂ ਲੋਕ ਕਿਉਂ ਸਾਰਾ ਸਾਰਾ, ਤੁਸੀਂ ਵੇਖੋ ਮੈਂ ਨਾ ਆਨਲਾਈਨ ਖੇਡ ਆ ਜੀ, ਤੇ ਇਹਦੇ ਵਿੱਚ ਕਈ ਕਈ ਲੋਕ ਮਿਲ ਕੇ ਵੀ ਖੇਡ ਸਕਦੇ ਆ। ਮੰਨ ਲਓ ਤੁਸੀਂ ਬਠਿੰਡੇ ਬੈਠੇ ਹੋਵੋ, ਕੋਈ ਦਿੱਲੀ ਬੈਠਾ ਹੋਵੇ, ਉਹ ਸਾਰੇ ਆਨਲਾਈਨ ਇੱਕੋ ਥਾਂ ਦੇ ਉੱਤੇ ਖੇਡ ਸਕਦੇ ਆ, ਮੁਕਾਬਲਾ ਕਰ ਸਕਦੇ ਆ, ਇੱਕ ਦੂਜੇ ਦੀ ਆਵਾਜ਼ ਸੁਣ ਸਕਦੇ ਆ, ਗਾਲ ਦੁੱਪੜ ਦੀ ਵਰਤੋਂ ਵੀ ਕਰਦੇ ਆ। ਕਈ ਕਈ ਘੰਟੇ ਸਮਾਂ ਵਿਅਰਥ ਕਰੀ ਜਾਂਦੇ ਆ, ਲੱਗੇ ਹੀ ਰਹਿੰਦੇ ਆ, ਲੱਗੇ ਹੀ ਰਹਿੰਦੇ, ਲੱਗੇ ਹੀ ਰਹਿੰਦੇ ਆ। ਪੰਜਾਬ ਦੇ ਵਿੱਚ ਵੀ ਇਸ ਖੇਡ ਦੇ ਇਸ ਆਨਲਾਈਨ ਗੇਮ ਨੇ ਇਹੋ ਜਿਹੇ ਪੈਰ ਪਸਾਰੇ ਆ ਵੀ ਮਾਪੇ ਤੇ ਅਧਿਆਪਕ ਹੁਣ ਚਿੰਤਾ ਦੇ ਵਿੱਚ ਡੁੱਬੇ ਆ ਵੀ ਜਿੰਨੀ ਤੇਜ਼ੀ ਦੇ ਨਾਲ ਵਿਦਿਆਰਥੀਆਂ ਦੇ ਅੰਦਰ ਇਹਦੇ ਪ੍ਰਤੀ ਖਿੱਚ ਪੈਦਾ ਹੋਈ ਆ, ਕਿਤੇ ਨੁਕਸਾਨ ਨਾ ਹੋਵੇ। ਤੁਸੀਂ ਦੇਖੋ ਕਹਿੰਦੇ ਸਾਰੀ ਸਾਰੀ ਰਾਤ ਉਹ ਖੇਡਦੇ ਰਹਿੰਦੇ ਨੇ ਇਸ ਖੇਡ ਨੂੰ, ਔਰ ਇਹਦੇ ਨਾਲ ਇੱਕ ਦੂਜੇ ਨਾਲ ਗੱਲਾਂ ਕਰੀ ਜਾਣੀਆਂ, ਗਾਲਾਂ ਕੱਢੀ ਜਾਣੀਆਂ, ਇਹ ਤਾਂ ਆਮ ਹੀ ਹੋ ਗਿਆ ਹਨਾ। ਪਰ ਮੈਂ ਜੇ ਨਿੱਜੀ ਤੌਰ ਤੇ ਇੱਕ ਗੱਲ ਕਵਾਂ, ਹੋ ਸਕਦਾ ਕਈਆਂ ਨੂੰ ਪਸੰਦ ਨਾ ਆਵੇ, ਪਰ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਵਿਦਿਆਰਥੀ ਹੋਵੇ ਉਹਦੇ ਕੋਲ ਮੋਬਾਈਲ ਦਾ ਕੋਈ ਕੰਮ ਨਹੀਂ, ਕਿਉਂਕਿ ਉਹ ਵੀ ਵੇਲੇ ਸੀ, ਆਪਾਂ ਅੱਜ ਕਹਿ ਦਿੰਦੇ ਹਾਂ ਵੀ ਅਸੀਂ ਫੋਨ ਬਿਨਾ ਰਹਿ ਨਹੀਂ ਸਕਦੇ ਹਨਾ, ਵੀ ਲੋੜ ਪੈਂਦੀ ਹੈ, ਕਿਤੇ ਕੋਈ ਦੇਰੀ ਹੋ ਜਾਂਦੀ, ਕੁਛ ਹੋ ਜਾਂਦਾ। ਪਰ ਨਾ ਉਹ ਮਾਪਿਆਂ ਦੇ ਗਲ 'ਚ ਗੁੱਠਾ ਦਿੰਦੇ ਆ ਵੀ ਭਾਈ ਸਾਨੂੰ ਅਧਿਆਪਕ ਨੇ ਇਹ ਗੱਲ ਕਹੀ ਆ, ਗੂਗਲ ਤੋਂ ਆਹ ਚੀਜ਼ਾਂ ਕੱਢ ਕੇ ਲਿਆਓ, ਅਸੀਂ ਤੁਹਾਡੀਆਂ ਕੱਲ ਨੂੰ ਚੀਜ਼ਾਂ ਚੈੱਕ ਕਰਨੀਆਂ। ਉਹ ਮਾਪਿਆਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ ਗਾ ਤੇ ਉਹ ਦੇ ਦਿੰਦੇ ਲੈ ਕੇ। ਵਾਕਈ ਇਹ ਸਮੱਸਿਆ ਨਾ ਬਹੁਤ ਵੱਡੀ ਹੋ ਗਈ, ਕਦੀ ਤਾਂ ਬਲੂ ਵੇਲ ਵਰਗੀ ਗੇਮ ਆ ਜਾਂਦੀ, ਕਦੀ ਮੋਮੋ ਚੈਲੰਜ ਆ ਜਾਂਦਾ, ਕਦੀ ਆ ਪਬਜੀ ਆ ਜਾਂਦੀ ਹੈ, ਕਦੀ ਕੁਛ ਕਦੀ ਕੁਛ, ਇਹ ਪਤਾ ਨਹੀਂ ਚੀਜ਼ਾਂ ਜਿਹੜੀਆਂ ਨੇ ਕਿੰਨੀ ਦੇਰ ਤੱਕ ਹੋਰ ਅੱਗੇ ਵੱਧਦੀਆਂ ਰਹਿਣਗੀਆਂ। ਜੇਕਰ ਇਹ ਖੇਡਾਂ ਇਸੇ ਤਰੀਕੇ ਨਾਲ ਅੱਗੇ ਵੱਧਦੀਆਂ ਰਹੀਆਂ ਆਨਲਾਈਨ ਖੇਡਾਂ ਜੀ, ਤਾਂ ਮੈਨੂੰ ਲੱਗਦਾ ਵੀ ਜਿਹੜੇ ਮੁਕਾਬਲੇ ਅੱਜ ਖੇਡ ਦੇ ਮੈਦਾਨਾਂ 'ਚ ਹੁੰਦੇ ਆ ਆਉਂਦੇ ਸਮੇਂ ਦੇ ਵਿੱਚ ਮੋਬਾਈਲਾਂ ਤੇ ਹੋਇਆ ਕਰਨਗੇ ਵੀ ਆਓ ਪਬਜੀ ਮੁਕਾਬਲਾ ਹੋਣ ਲੱਗਾ। ਤੁਸੀਂ ਪੜ੍ਹੀ ਨਹੀਂ ਸੋਸ਼ਲ ਮੀਡੀਆ ਤੇ? ਮੈਂ ਤਾਂ ਪੜ੍ਹ ਕੇ ਬੜੀ ਹੈਰਾਨ ਹੋਈ, ਮੈਂ ਜਗ੍ਹਾ ਭੁੱਲ ਗਈ ਹਾਂ, ਆਪਣੇ ਇੱਥੇ ਸ਼ਾਇਦ ਪੰਜਾਬ ਜਾਂ ਹਰਿਆਣੇ ਦੀ ਖਬਰ ਹੈ, ਉਹ ਸੋਸ਼ਲ ਮੀਡੀਆ ਤੇ ਤਸਵੀਰ ਬਹੁਤ ਜ਼ਿਆਦਾ ਫੈਲ ਰਹੀ ਅੱਗੇ ਤੋਂ ਅੱਗੇ, ਜਿਹ 'ਚ ਲਿਖਿਆ ਹੋਇਆ ਪਬਜੀ ਟੂਰਨਾਮੈਂਟ ਹੋਣ ਜਾ ਰਿਹਾ, ਜਿੱਤਣ ਵਾਲੇ ਨੂੰ ਇੰਨਾ ਇਨਾਮ, ਸੈਕਿੰਡ ਨੂੰ ਇੰਨਾ, ਥਰਡ ਨੂੰ ਇੰਨਾ, ਹੁਣ ਤਾਂ ਟੂਰਨਾਮੈਂਟ ਹੋਣ ਲੱਗ ਗਏ। ਦੇਖੋ ਜੀ, ਕਬੱਡੀ ਦੇ ਟੂਰਨਾਮੈਂਟ ਸੁਣੇ ਅਸੀਂ, ਹਾਕੀ ਦੇ ਮੁਕਾਬਲੇ ਸੁਣੇ ਅਸੀਂ, ਕ੍ਰਿਕਟ ਦੇ ਮੁਕਾਬਲੇ ਸੁਣ ਲਏ ਅਸੀਂ, ਖੋ ਖੋ ਦੇ ਮੁਕਾਬਲੇ ਸੁਣ ਲਏ ਜੀ, ਪਰ ਜੇਕਰ ਪਬਜੀ ਮੁਕਾਬਲੇ ਹੋਣਗੇ ਤਾਂ ਹੈਰਾਨੀ ਵਾਲੀ ਗੱਲ ਹੈ। ਤੇ ਬਸ ਇਹ ਪਬਜੀ ਮੁਕਾਬਲੇ ਫਿਰ ਵੱਡੇ ਜਿਹੜੇ ਨੇ ਨੌਜਵਾਨ ਉਹ ਜੁੱਸਿਆਂ ਵਾਲੇ ਬਣਾਉਣਗੇ, ਬਸ ਫਿਰ 올림픽 ਦੇ ਵਿੱਚ ਪਬਜੀ ਜਾਇਆ ਕਰੂ, ਹੋਰ ਤਾਂ ਕਿਸੇ ਨੇ ਕਹੀ ਜਾਣਾ। ਵਾਕਈ ਵਾਕਈ ਗੋਲਡ ਮੈਡਲ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਹੁਣ ਕਿੰਨਾ ਪ੍ਰਭਾਵ ਆ ਅੱਜ ਕੱਲ ਸੋਸ਼ਲ ਮੀਡੀਆ ਦਾ ਜੀ। ਕਹਿੰਦੇ ਵੀ ਇੱਕ ਵਾਰ ਇੱਕ ਭਿਖਾਰੀ ਇੱਕ ਮੰਗਤਾ ਮੰਗਦਾ ਫਿਰੇ ਗਲੀ 'ਚ, ਉਹਨੇ ਕਿਸੇ ਦਾ ਬੂਹਾ ਖੜਕਾਇਆ, ਅੱਗੋਂ ਇੱਕ ਔਰਤ ਕਹਿੰਦੀ ਵੀਰ ਜੀ ਹਾਲੇ ਤਾਂ ਮੈਂ ਕੁਛ ਬਣਾਇਆ ਨੀਗਾ, ਅੱਧੇ ਇੱਕ ਘੰਟੇ ਤੱਕ ਆ ਜੀ। ਉਹ ਜਿਹੜਾ ਮੰਗਤਾ ਉਹ ਔਰਤ ਨੂੰ ਆਪਣਾ ਦੇ ਕੇ ਮੋਬਾਈਲ ਨੰਬਰ, ਕਹਿੰਦਾ ਵੀ ਜਦੋਂ ਬਣ ਗਈ ਰੋਟੀ ਮਿਸ ਕਾਲ ਮਾਰਨੀ। ਉਹ ਅੱਗੋਂ ਬੜੀ ਤੇਜ਼ ਸੀ ਬੀਬੀ, ਉਹ ਕਹਿੰਦੀ ਮਿਸ ਕਾਲ ਕਾਹਤੋਂ ਮਾਰਨੀ ਆ, ਮੈਂ ਤੇਰੇ ਵਟਸਐਪ ਤੇ ਪਾ ਦੂੰਗੀ, ਡਾਊਨਲੋਡ ਕਰਕੇ ਖਾ ਲਈ। ਏਦਾਂ ਕੰਮ ਚੱਲਦਾ। ਤੁਸੀਂ ਖਬਰ ਸਾਂਝੀ ਕਰਨ ਤੋਂ ਪਹਿਲੇ ਹੱਸੀ
ਮੈਂ ਜਦੋਂ ਖਬਰ ਪੜ੍ਹੀ ਸੀ ਨਾ ਮੈਨੂੰ ਉਦੋਂ ਵੀ ਬਹੁਤ ਹਾਸਾ ਆ ਰਿਹਾ ਸੀ ਕਿ ਖਬਰ ਹੀ ਇਹੋ ਜਿਹੀ ਹੈ। ਅੱਛਾ, ਇੱਕ ਨਿੱਕਾ ਜਿਹਾ ਬੱਚਾ, ਬੱਚੀ ਸੀ ਅਸਲ ਦੇ ਵਿੱਚ, ਉਹ ਕਹਿੰਦੇ ਵੀ ਗਲੀ ਦੇ ਵਿੱਚ ਖੇਡ ਰਹੀ ਹੈ। ਇੱਕ ਨਿੱਕਾ ਜਿਹਾ ਬੱਚਾ ਜਾਂ ਬੱਚੀ ਗਲੀ ਦੇ ਵਿੱਚ ਖੇਡ ਰਹੀ ਹੈ, ਇੰਨੀ ਦੇਰ ਨੂੰ ਗਵਾਂਢੀਆਂ ਦਾ ਬੂਹਾ ਖੁੱਲਿਆ, ਗਵਾਂਢੀਆਂ ਦਾ ਬੂਹਾ ਖੁੱਲਿਆ, ਬਾਹਰ ਆਇਆ ਕੁੱਕੜ। ਓਹੋ, ਬਾਹਰ ਆਇਆ ਕੁੱਕੜ, ਕੁੱਕੜ ਨੇ ਬੱਚੇ ਨੂੰ ਵੱਢ ਲਿਆ। ਟੀਟੂ ਬਾਹਰ ਆਇਆ, ਕੁੱਕੜ ਟੀਟੂ, ਪਤਾ ਨਹੀਂ ਟੀਟੂ ਸੀ ਕਿ ਸਵੀਟੀ ਸੀ, ਕੋਈ ਪਾਤਰ ਦਾ ਨਾਂ ਰੱਖ ਲਈਦਾ ਹੁੰਦਾ ਨਾ। ਹਾਂ, ਫਿਰ ਟੀਟੂ ਸੀ ਜਾਂ ਸਵੀਟੀ, ਕੁੱਕੜ ਦਾ ਨਾਂ ਟੀਟੂ ਰੱਖਤਾ, ਟੀਟੂ ਮੰਨੋ, ਚਲੋ ਟੀਟੂ ਸਹੀ। ਟੀਟੂ ਬਾਹਰ ਆਇਆ, ਆ ਕੇ ਬੱਚੇ ਨੂੰ ਵੱਢ ਲਿਆ। ਅੱਛਾ, ਵੀ ਠੁੰਗਾ ਮਾਰਿਆ ਜੀ, ਬੱਚਾ ਰੋਂਦਾ ਰੋਂਦਾ ਘਰੇ ਭੱਜਿਆ। ਅੱਛਾ, ਕਹਿੰਦਾ ਵੀ ਮੈਨੂੰ ਤਾਂ ਗਵਾਂਢੀਆਂ ਦੇ ਕੁੱਕੜ ਨੇ ਠੁੰਗਾ ਮਾਰਤਾ। ਬਿਲਕੁਲ, ਘਰਦਿਆਂ ਨੇ ਚੱਕਿਆ ਬੱਚੀ ਨੂੰ, ਪਹੁੰਚ ਗਏ ਥਾਣੇ। ਅੱਛਾ, ਥਾਣੇ ਜਾ ਕੇ ਰਿਪੋਰਟ ਲਿਖਾਈ। ਅੱਛਾ, ਗਵਾਂਢੀਆਂ ਦੇ ਕੁੱਕੜ ਨੇ ਬੱਚੇ ਨੂੰ ਵੱਢਿਆ। ਗਵਾਂਢੀਆਂ ਦੇ ਕੁੱਕੜ ਨੇ ਬੱਚੇ ਤੇ ਜਾਨਲੇਵਾ ਹਮਲਾ ਕੀਤਾ ਜੀ। ਉਹ SHO ਸਾਹਿਬ ਵੀ ਬਹੁਤ ਸਿਆਣੇ ਸੀ, ਨਾਲ ਹੀ ਉਹਨਾਂ ਨੇ ਜਿਹੜਾ ਕੁੱਕੜ ਤੇ ਕੁੱਕੜ ਦਾ ਮਾਲਕ ਤਲਬ ਕਰ ਲਿਆ, ਦੋਨੋਂ ਜਣੇ ਸੱਦ ਲਏ ਥਾਣੇ ਜੀ। ਥਾਣੇ ਦੇ ਵਿੱਚ ਜਦੋਂ ਗਏ, ਮੈਂ ਤੁਹਾਨੂੰ ਪਹਿਲਾਂ ਜਗ੍ਹਾ ਦੱਸਦਾ, ਇਹ ਨਾ MP ਦੇ ਵਿੱਚ ਸ਼ਿਵਪੁਰੀ ਇਲਾਕਾ, ਮੱਧ ਪ੍ਰਦੇਸ਼ ਦੇ ਵਿੱਚ ਸ਼ਿਵਪੁਰੀ ਇਲਾਕਾ ਜੀ। ਉੱਥੋਂ ਦੀ ਇਹ ਘਟਨਾ ਹੈ, ਜਦੋਂ ਤਲਬ ਕਰ ਲਿਆ, ਮਾਲਕ ਉੱਥੇ ਚੱਲ ਗਿਆ, ਇੰਨੀ ਦੇਰ ਨੂੰ ਮਗਰ ਰੋਂਦੀ ਰੋਂਦੀ ਮਾਲਕ ਦੀ ਘਰ ਵਾਲੀ ਆਈ। ਅੱਛਾ, ਹਾਂ, ਉਹ ਆਣ ਕੇ ਨਾ ਵਿਚਾਰੀ ਪੈਰ ਹੀ ਪੈ ਗਈ। ਉਹ ਕਹਿੰਦੀ ਵੀ ਦੇਖੋ, ਇਹਨੂੰ ਜੋ ਸਜ਼ਾ ਦੇਣੀ ਹੈ ਤੁਸੀਂ ਦੇ ਦਿਓ, ਕੁੱਕੜ ਮੋੜ ਦਿਓ ਮੇਰਾ ਪਲੀਜ਼। ਅੱਛਾ, ਹਾਂ, ਵੀ ਮੇਰੇ ਘਰ ਵਾਲੇ ਨੂੰ ਜਿਵੇਂ ਮਰਜ਼ੀ ਕਰ ਲਓ ਜੀ, ਪਰ ਮੇਰਾ ਟੀਟੂ ਮੋੜ ਦਿਓ, ਮੇਰਾ ਟੀਟੂ ਮੋੜ ਦਿਓ, ਇਹਦੇ ਬਿਨਾਂ ਨਹੀਂ ਅਸੀਂ ਰਹਿ ਸਕਦੇ। ਅੱਛਾ, ਚਲੋ, ਹਾਰ ਕੇ ਕਹਿੰਦੇ ਵੀ ਦੋਵਾਂ ਧਿਰਾਂ ਜਿਹੜੀਆਂ ਵਾਵਾ ਇੱਕ ਦੂਜੇ ਨਾਲ ਖੇਬਣੀਆਂ। ਫਿਰ ਸਮਝੌਤਾ ਹੋ ਗਿਆ, ਸਮਝੌਤਾ ਹੋਇਆ ਇਹਨਾਂ ਸ਼ਰਤਾਂ ਤੇ ਕਿ ਮਾਲਕ ਕਹਿੰਦਾ ਅੱਜ ਤੋਂ ਬਾਅਦ ਮੇਰਾ ਟੀਟੂ ਸੜਕ ਤੇ ਨਹੀਂ ਘੁੰਮੂਗਾ। ਵਾਹ, ਅੱਗੇ ਟੀਟੂ ਪੁੱਛ ਕੇ ਜਾਂਦਾ ਸੀ ਵੀ ਮਾਲਕ ਜੇਕਰ ਆ ਗਿਆ ਹੋਵੇ, 2 ਮਿੰਟ ਕੋ 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 ਕਰਿਆ ਮੈਂ ਮਾੜਾ ਠੁੰਗਾ ਮਾਰਾਂ ਵਾ, ਉਹ ਕਹਿੰਦਾ ਬੰਨ ਕੇ ਰੱਖੂ। ਵਾਹ, ਦੇਖੋ ਕੈਸੀਆਂ ਕੈਸੀਆਂ ਖਬਰਾਂ ਪੈਦਾ ਹੁੰਦੀਆਂ ਅੱਜ ਕੱਲ, ਮੈਂ ਹੈਰਾਨ ਸੀ ਇਹ ਖਬਰ ਪੜ੍ਹ ਕੇ, ਕੋਈ ਫਿਲਮੀ ਕਹਾਣੀ ਲੱਗਦੀ। ਬਾਬਾ ਥਾਣੇਦਾਰ ਨੇ ਇਹ ਨਹੀਂ ਕਹਤਾ ਵੀ ਪਹਿਲਾਂ ਟੀਟੂ ਲੈ ਕੇ ਆਓ, ਅੱਜ ਆਥੜੇ ਵੇਨੇ ਵੀ ਟੀਟੂ ਨੂੰ ਬੜਾ ਕੇ ਕੁੱਕਰ ਦੇ ਵਿੱਚ ਕਿਵੇਂ ਲੱਗਦਾ ਹੈ ਜੀ, ਇਹਦੀਆਂ ਕੁੱਕਰ 'ਚ ਚੀਕਾਂ ਕਢਾਉਨੇ ਆ। ਹਾਂ, ਸਹੀ ਗੱਲ ਆ। ਦੇਖੋ ਜੀ, ਅੱਜ ਕੱਲ ਨਾ ਖਬਰਾਂ ਇਉਂ ਨਹੀਂ ਬਣਦੀਆਂ ਜੀ ਵੀ ਭਾਈ ਕੁੱਤੇ ਨੇ ਫਲਾਣੇ ਬੰਦੇ ਨੂੰ ਵੱਢ ਲਿਆ ਜੀ, ਹੁਣ ਇਉਂ ਖਬਰਾਂ ਬਣਦੀਆਂ ਵੀ ਬੰਦੇ ਨੇ ਫਲਾਣੇ ਕੁੱਤੇ ਨੂੰ ਵੱਢ ਲਿਆ, ਹੁਣ ਖਬਰਾਂ ਪੁੱਠੀਆਂ ਹੋ ਗਈਆਂ ਵਾਕਈ। ਪਰ ਕੁੱਕੜ ਜੇਕਰ ਕਿਸੇ ਦਾ ਠੂਗਾ ਮਾਰ ਜੇ, ਇਹਦੀ ਵੀ ਇੱਕ ਰਿਪੋਰਟ ਦਰਜ ਹੁੰਦੀ ਹੈ, ਇਹਦੀ ਵੀ ਰਿਪੋਰਟ ਦਰਜ ਹੋ ਜਾਂਦੀ ਹੈ, ਤੇ ਇੱਥੇ ਬੰਦਾ ਬੰਦੇ ਦੇ ਉੱਤੇ ਕੋਈ ਹਮਲਾ ਕਰ ਦੇਵੇ ਕਈ ਵਾਰ ਨਹੀਂ ਦਰਜ ਹੁੰਦੀ ਵਾਕਈ, ਇਹ ਤਾਂ ਹੈਰਾਨੀ ਵਾਲੀ ਗੱਲ ਹੈ ਨਾ। ਤੁਸੀਂ ਵੇਖ ਲਓ ਕੀ ਕਹਿੰਦੇ ਹੁਣੇ, ਉਲਟੇ ਹੋਰ ਜ਼ਮਾਨੇ ਆਏ, ਉਲਟੇ ਹੋਰ ਜ਼ਮਾਨੇ ਆਏ ਤੇ ਹੁਣ ਅਸੀਂ ਪੇਤ ਸੱਜਣ ਦੇ ਪਾਏ। ਤੁਸੀਂ ਵੀ ਠਾ 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 ਚੱਲਦੇ ਹੋ ਵੈਸੇ, ਮੈਂ ਲਾ ਲਿਆ ਸਾਹਿਬ, ਕੁੱਕੜ ਠੁੰਗਾ ਮਾਰ ਸਕਦਾ ਤੇ ਮੈਂ ਨਹੀਂ ਉਲਟੇ ਜ਼ਮਾਨੇ ਦੀ ਗੱਲ ਕਰ ਸਕਦਾ, ਤੁਸੀਂ ਠੁੰਗਾ ਨਹੀਂ ਮਾਰ ਸਕਦੇ ਤੇ ਮੈਂ ਕਿਉਂ ਮਾਰਾਂ। ਟੀਟੂ ਵਿਗੜ ਵੀ ਸਕਦਾ ਹੈ, ਬਿਲਕੁਲ ਸਹੀ, ਹੱਥਾਂ ਚੋਂ ਨਿਕਲ ਸਕਦਾ ਹੈ, ਬਿਲਕੁਲ, ਤੇ ਨਿਕਲ ਹੀ ਗਿਆ। ਹਾਂ, ਦੇਖੋ ਕਿੱਦਾਂ ਤੁਰੇ ਜਾਂਦੇ ਨੇੜੇ ਦੇ ਉੱਤੇ ਹਮਲਾ ਕਰੇ ਟੀਟੂ, ਤੇ ਕਿਤੇ ਕੋਈ ਚੰਗੀ ਗੱਲ ਹੈ ਇਹ? ਟੀਟੂ ਦੇ ਪੈਣੀਆਂ ਚਾਹੀਦੀ ਚਪੇੜਾਂ, ਮੈਂ ਨਾ ਟੀਟੂ ਦੇ 2-3 ਮਾਰੇ ਇੱਕ ਪਾਸੇ, ਥੱਪੜ ਮਾਰੋ ਹੋ ਥੋੜਾ ਪਲੋ, ਮੁੜ ਕੇ ਟੀਟੂ ਵੇਖੇ ਤਾਂ ਠਾ, ਮੁੜ ਕੇ ਤਾਂ ਗਵਾਂਢੀਆਂ ਦੇ ਨਿਆਣੇ ਤੋਂ ਵੀ ਮਤਲਬ ਕਿਲੋਮੀਟਰ ਦੀ ਦੂਰੀ ਬਣਾ ਕੇ ਚੱਲੇ। ਲਓ ਜੀ, ਮੈਨੂੰ ਨਾ ਇੱਕ ਗੱਲ ਚੇਤੇ ਆ ਗਈ ਜੀ, ਕਹਿੰਦੇ ਵੀ ਇੱਕ ਮੁੰਡਾ ਪਿੰਡ ਦੇ ਵਿੱਚੋਂ ਗਿਆ ਸ਼ਹਿਰ, ਤੇ ਉਹਨੇ ਨਾ ਉੱਥੇ ਵਕਾਲਤ ਦੀ ਪੜ੍ਹਾਈ ਸ਼ੁਰੂ ਕਰਤੀ। ਅੱਛਾ, ਜਦੋਂ ਸਾਲਕ ਨਿਕਲ ਗਿਆ ਤੇ ਉਹ ਪਿੰਡ ਆਇਆ ਛੁੱਟੀ ਕੱਟਣ 20 ਦਿਨ ਦੇ ਲਈ, ਤੇ ਸੱਥ ਵਿੱਚ ਦੀ ਲੰਘਿਆ ਜਾਂਦਾ, ਤੇ ਇੱਕ ਬਜ਼ੁਰਗ ਨੇ ਆਵਾਜ਼ ਮਾਰੀ, ਕਹਿੰਦਾ ਓਏ ਪ੍ਰੀਤਿਆ, ਪੁੱਤ ਇਹ ਦੱਸ ਵੀ ਭਾਰਤ ਦੇ ਵਿੱਚ ਜੇਕਰ ਇੱਕ ਗਾਂ ਦਾ ਕਤਲ ਹੋ ਜੇ ਤਾਂ ਬੰਦੇ ਨੂੰ ਫਾਹੇ ਟੰਗਣ ਨੂੰ ਫਿਰਦੇ ਆ, ਹਰ ਰੋਜ਼ ਭਾਰਤ ਦੇ ਵਿੱਚ ਕਰੋੜਾਂ ਕੁੱਕੜਾਂ ਦੀ ਜਾਨ ਲਈ ਜਾਂਦੀ ਹੈ, ਕੀ ਉਹਨਾਂ ਦੇ ਵਿੱਚ ਜਾਨ ਹੈ ਨਹੀਂ, ਕਾਨੂੰਨ ਇੰਨਾ ਕਾਲਾ ਕਿਉਂ ਆ। ਅੱਗੋਂ ਮੁੰਡੇ ਨੇ ਪਤਾ ਕੀ ਜਵਾਬ ਦਿੱਤਾ, ਕਹਿੰਦਾ ਬਾਪੂ ਜੀ ਤੁਹਾਡੀ ਗੱਲ ਬਿਲਕੁਲ ਦਰੁਸਤ ਆ, ਪਰ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ, ਗੱਲ ਅਸਲ ਦੇ ਵਿੱਚ ਬਾਪੂ ਜੀ ਇਹ ਆ ਵੀ ਜਿਹੜੇ ਵੀ ਸੁੱਤੇ ਹੋਏ ਲੋਕਾਂ ਨੂੰ ਜਗਾਉਂਦੇ ਆ ਉਹ ਇਉਂ ਹੀ ਵੱਢੇ ਜਾਂਦੇ ਆ। ਵਾਹ, ਕੀ ਬਾਤ ਹੈ, ਮੈਂ ਅੰਦਰੋਂ ਹਿੱਲ ਗਈ ਸੱਚੀ ਤੁਹਾਡੀ ਗੱਲ ਸੁਣ ਕੇ। ਪਰ ਚਲੋ, ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਸਮੇਟਣਾ ਪਏਗਾ, ਤੁਸੀਂ ਵੀ ਇਹਦੇ ਉੱਪਰ ਜ਼ਰੂਰ ਗੌਰ ਕਰਿਓ, ਅਤੇ ਅਸੀਂ ਹੁਣ ਚੱਲਦੇ ਹਾਂ, ਕੱਲ੍ਹ ਨੂੰ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਏਗੀ। ਤਦ ਤੱਕ ਦੇ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।